डैडी ने आप इधर से कि डैडी मेरी गल कर दे भैया जुड़े हाथ अंग्रेजी का भावे बोलियो थोड़ी बहुत हिंदी नहीं बोलनी है अपनी हिंदी बोल कैसे आप मैं तो बहुत बढ़िया हूँ आप कैसे हो कमल तो पंजाबी नहीं मैं हिंदी से गल कर हाँ 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 ठीक है और मेरा एक शॉट है अभी छोटे सी उदो सब तो बड़े ने ब्याह होंगे हूँ जो अभी बड़े हो गए सब तो छोटे ने ब्याह होने लग पाए अभी इतने कन्फ्यूज अज तक भी साड़ी मम्मी बन गई जैसे लाइफ की चल रहा हो थक जा जता लग पे तू कि मेन लाइव लोकेशन भेज ठीक है तू ए गल क्यों की तेरे इंस्टाग्राम ते ही कमेंट ज्यादा क्यों आंदे आ कुड़ियां कहंदे यार मेरे वाला बड़ा पुछदा है हद्दी हो गई मैं जे किसी अपने दोस्त नाल भी चल जा मेनू बाद च पुछदा है कि यार क्यों गई है कौन है वो यार देखियो अपने उस पुरानी सहेली मतलब कॉल मिलन गया है ये कर रहा है हुन ये कर रहा है मेनू दस्या भी नहीं उन्हें वो मैं व्हाट इज दिस मैन हां बिल्कुल मैं कि तू भी वो चीज कर रही है ते ओ भी वो चीज कर रहा है and you are expecting ki oh cheez kare pehla tu ta edda da ban ke dikha ik changi kudi hai chahundi vi pyar chahe mainu thoda ghat kar la but meri respect zyada hai haanji e right hai na eh gall je tusi truth vi bolde ho na jo sach vi bolde ho shiddat na baaki sariyan gudi gudi cheezan values tade andar apne aap aa jao choti umar syaniyan gallan na ਆਪਾਂ ਦੁਨੀਆ ਦੇ ਨਾਲ ਹੱਸਦੇ ਖੇਡਦੇ ਰਹਿੰਦੇ ਹਾਂ ਜੇ ਇੱਦਾਂ ਕਰਦੇ ਰਹਿੰਦੇ ਆ ਉਹ ਸਭ ਨੂੰ ਇੱਦਾਂ ਲੱਗਦਾ ਰਹਿੰਦਾ ਵੀ ਸ਼ਾਇਦ ਇਹਨਾਂ ਨੂੰ ਅਕਲ ਨਹੀਂ ਹੈ ਨਾ ਵੀ ਇਹ ਬਦਤਮੀਜ਼ ਆ 24 ਘੰਟੇ ਇਹਨਾਂ ਦੀ ਲਾਈਫ 'ਚ ਕੋਈ ਟੈਨਸ਼ਨ ਨਹੀਂ ਆ ਰਿਸਪੈਕਟ ਤਾਂ ਸਾਰਿਆਂ ਲਈ ਹੈ ਪਰ ਉਹਨਾਂ ਬੱਚਿਆਂ ਲਈ ਨਾ ਬਹੁਤ ਜ਼ਿਆਦਾ ਹੋ ਜਾਂਦੀ ਜਿਹੜਾ ਨਾ ਆਪਣਾ ਘਰ ਛੱਡ ਕੇ ਆਪਣੇ ਰਹਿਣ ਲਈ ਜਗ੍ਹਾ ਲੱਭਦੇ ਆ ਕੰਮ ਲੱਭਦੇ ਆ ਇੱਧਰ ਉੱਧਰ ਦੇਖਦੇ ਆ ਫਿਰ ਕਮਾ ਕੇ ਘਰ ਨੂੰ ਪੈਸੇ ਭੇਜਦੇ ਆ ਮਤਲਬ ਆਪਣਾ ਘਰ ਛੱਡ ਕੇ ਦੂਜੇ ਸ਼ਹਿਰ 'ਚ ਆਉਣਾ ਉਹਦੀਆਂ ਸੜਕਾਂ 'ਤੇ ਘੁੰਮਣਾ ਉਹਨਾਂ ਦੋਸਤੀ ਪਾਉਣੀ ਮਤਲਬ ਹਰ ਇੱਕ ਦੇ ਵੱਸ ਦਾ ਕੰਮ ਨਹੀਂ ਹਰ ਇੱਕ ਦੀ ਬਸ ਦੀ ਗੱਲ ਨਹੀਂ ਇਹ ਸਹੀ ਗੱਲ ਹੈ ਕਿਉਂਕਿ ਉਹ ਕਹਿੰਦੇ ਸੀ ਨਾ ਉਹ ਡਾਇਲੋਗ ਹੀ ਸੀਗਾ ਕਿਸੇ ਫਿਲਮ ਦਾ ਉਹ ਇਹ ਹਰਭਜਨ ਮਾਨ ਜੀ ਦੀ ਫਿਲਮ ਆ ਉਹ ਕਹਿੰਦੇ ਵੀ ਪੁੱਤਰਾ ਵੀ ਮਾਂ ਦੇ ਛਾਬੇ 'ਚੋਂ ਚੱਕ ਕੇ ਰੋਟੀਆਂ ਖਾਣੀਆਂ ਬਹੁਤ ਸੌਖੀਆਂ ਜਦੋਂ ਆਪ ਬਣਾਉਣੀਆਂ ਅਤੇ ਕਮਾਉਣੀਆਂ ਪੈਂਦੀਆਂ ਨਾ ਉਦੋਂ ਪਤਾ ਉਦੋਂ ਪਤਾ ਲੱਗਦਾ ਫਾਦਰ ਨਾਲ ਤਾਂ ਕੁੜੀਆਂ ਦੀ ਕਨਵਰਸੇਸ਼ਨ ਹੀ ਨਹੀਂ ਹੁੰਦੀ ਬਹੁਤ ਘੱਟ ਹੁੰਦੀ ਆ ਜੇ ਕੋਈ ਗਾਲੀ ਜਿਹੀ ਗੱਲ ਹੋਵੇ ਤਾਂ ਕੁੜੀਆਂ ਮਾੜੀ ਜਾਂ ਰਸੋਈ 'ਚ ਰੋਟੀ ਪਕਾਉਂਦੀ ਮੰਮੀ ਨੂੰ ਦੱਸ ਦਿੰਦੀਆਂ ਹਜੇ ਵੀ ਆਹ ਵੀ ਚੱਲ ਰਸੋਈ 'ਚ ਨਿਬੜ ਨੁਬੜ ਜਾਊਗੀ ਜੇ ਕਿਤੇ ਕਹਿੰਦੀ ਕੁੜੀਆਂ ਆਪਣੇ ਉੱਦਾਂ ਕੁੜੀਆਂ ਆਪਣੇ ਫਾਦਰ ਸਾਹਿਬ ਦੀਆਂ ਬਹੁਤ ਲਾਡਲੀਆਂ ਹੁੰਦੀਆਂ ਬਟ ਗੱਲ ਨਹੀਂ ਕਰਦੀ ਰਾਈਟ ਬਟ ਡੈਡੀ ਮੈਨੂੰ ਸਟਾਰਟਿੰਗ ਤੋਂ ਬਹੁਤ ਸਪੋਰਟ ਕਰਦੇ ਸੀ ਮੇਰੀ ਹਰ ਇੱਕ ਐਕਟੀਵਿਟੀ ਜਿੱਥੇ ਵੀ ਜਾਂਦੇ ਸੀ ਮਤਲਬ ਹੈਗਾ ਉਹ ਬਾਬਾ ਜੀ ਦਾ ਹੱਥ ਕਿ ਉਹ ਕਲਿੱਕ ਹੁੰਦਾ ਸੀ ਕਿ ਮੈਨੂੰ ਅਵਾਰਡ ਮਿਲਦਾ ਹੀ ਮਿਲਦਾ ਓਕੇ ਠੀਕ ਹੈ ਐਵਰੀਵੇਅਰ ਜ਼ਾਹਿਰ ਜਿਹੀ ਗੱਲ ਹੈ ਉਹਨਾਂ ਨੂੰ ਟਰੱਸਟ ਹੋ ਗਿਆ ਕਿ ਹਾਂ ਮੇਰੀ ਧੀ ਕਰ ਸਕਦੀ ਹੈ ਤਾਂ ਫਿਰ ਵਾਈ ਵੁੱਡ ਹੀ ਸੇ ਕਿ ਨਹੀਂ ਨਹੀਂ ਮੈਂ ਨਹੀਂ ਇਹਨੂੰ ਅੱਗੇ ਵਧਣ ਦੇਣਾ ਵਾਈ ਪਹਿਲਾਂ ਤੁਸੀਂ ਟਰੱਸਟ ਦਾ ਕਰਾਓ ਬਿਲਕੁਲ ਬਿਲਕੁਲ ਸਹੀ ਪੂਰਾ ਭਰੋਸਾ ਹੋ ਗਿਆ ਸੀ ਲੈਸ਼ ਹੈ ਇਹਨੇ ਤਾਂ ਖਲਾਰੇ ਪਾ ਦੇਣੇ ਉਹ ਚੀਜ਼ ਹੋ ਗਈ ਫਿਰ ਉਹਨਾਂ ਨੇ ਕਦੇ ਮਨਾ ਹੀ ਨਹੀਂ ਕੀਤਾ ਮਨਾ ਨਹੀਂ ਕੀਤਾ ਨਹੀਂ ਕਦੇ ਨਹੀਂ ਫਿਰ ਡੈਡੀ ਨੇ ਕੀ ਕਿਹਾ ਜੇ ਤੁਸੀਂ ਇਹ ਗੱਲ ਚੱਲਦੀ ਹੋਈ ਹੈ ਡੈਡੀ ਵਾਸ ਲਾਈਕ ਕਿ ਇਜ਼ ਹੀ ਸਪੋਰਟਿਵ ਹਾਂ ਅੰਗਰੇਜ਼ੀ ਚ ਕਿਹਾ ਡੈਡੀ ਨੇ ਲਾਂਗ ਡੈਡੀ ਯੂਜ਼ ਅੰਗਰੇਜ਼ੀ ਮੈਨੂੰ ਪਤਾ ਮੈਂ ਸੁਣੀ ਥੋੜੀ ਚਲੋ ਜਦੋਂ ਨਾ ਆਹ ਫੀਲਡ ਥੋੜ੍ਹਾ ਜ਼ਿਆਦਾ ਬਦਨਾਮ ਆ ਮਤਲਬ ਆਪਣੇ ਵਾਲਾ ਹੈਗੀਆਂ ਤਾਂ ਬਾਕੀਆਂ ਦੇ ਵਿੱਚ ਵੀ ਸ਼ਾਇਦ ਉੱਪਰ ਲਈ ਹੋ ਜਾਂਦਾ ਵੀ ਕਿ ਕੁੜੀਆਂ ਨੂੰ ਆਲਵੇਜ਼ ਬੰਦੇ ਗਲਤ ਨਿਗਾਹ ਨਾਲ ਹੀ ਦੇਖਦੇ ਆ ਜਾਂ ਗਲਤ ਅਪਰੋਚ ਹੀ ਕਰਦੇ ਆ ਮਤਲਬ ਮੈਂ ਤੁਸੀਂ ਇੱਕ ਕੁੜੀ ਵੈਸੇ ਮੈਂ ਤਾਂ ਇਸ ਚੀਜ਼ ਨਾਲ ਐਗਰੀ ਕਰਦਾ ਨਹੀਂ ਹੈਗਾ ਬਟ ਮੈਂ ਕੁੜੀ ਦਾ ਇੱਕ ਪੁਆਇੰਟ ਆਫ ਵਿਊ ਜਾਣਨਾ ਚਾਹੁੰਦਾ ਹਾਂ ਵੀ ਕੁੜੀ ਕੀ ਸੋਚਦੀ ਹੈ ਮੈਂ ਨਹੀਂ ਮੰਨਦੀ ਕਿ ਠੀਕ ਹੈ ਇੱਕੇ ਦੁੱਕੇ ਹੋ ਸਕਦੇ ਆ ਬਟ ਸਾਰੇ ਨਹੀਂ ਹੋ ਸਕਦੇ ਸਾਰੇ ਨਹੀਂ ਹੋ ਸਕਦੇ ਨਾ ਵੀ ਆਹ ਤੁਹਾਡਾ ਬੱਚਾ ਟੈਲੈਂਟਡ ਆ ਸੀ ਅਗਰ ਉਹ ਨਾ ਕਹਿੰਦੇ ਅਗਲੇ ਲੋਕਾਂ ਨੂੰ ਅਸੀਂ ਨਹੀਂ ਕੰਜਰਖਾਨੇ 'ਚ ਪਾਉਣੇ ਲੋਕਾਂ ਦੀ ਆਹ ਸਟੇਟਮੈਂਟ ਹੁੰਦੀ ਆ ਵੀ ਅਸੀਂ ਨਹੀਂ ਕੰਜਰਖਾਨੇ 'ਚ ਪਾਉਣੇ ਹੈਗੇ ਸਾਡੀ ਰੋਜ਼ੀ ਰੋਟੀ ਆ ਸਾਡਾ ਸਾਡੇ ਲਈ ਰੱਬ ਤੋਂ ਵੀ ਪਹਿਲਾਂ ਸਾਡਾ ਕੰਮ ਆ ਫਿਲਮ ਦੇਖਣੀ ਸਾਰਿਆਂ ਨੇ ਆ ਕਿਸੇ ਦੀ ਕੁੜੀ ਦੀ ਰੀਲ ਆ ਉਹਨੂੰ ਤਾਂ ਅਸੀਂ ਜ਼ੂਮ ਕਰ ਕਰਕੇ ਹੋਲਡ ਕਰ ਕਰਕੇ ਦੇਖਦੇ ਹਾਂ ਹਾਂ ਆਪਣੀ ਕੁੜੀ ਦੀ ਨਹੀਂ ਦੇਖਣਾ ਚਾਹੁੰਦੇ ਇਹ ਰੀਜ਼ਨ ਆ
ਹੋਰ ਕਿਵੇਂ ਆ? ਪੋਡਕਾਸਟ ਸਟਾਰਟ ਹੋਣ ਤੋਂ ਪਹਿਲਾਂ ਤੁਸੀਂ ਇੱਕੋ ਗੱਲ ਕਾਹਲੀ ਪੁੱਛੀ ਜਾਂਦੇ ਵੀ ਮੇਰੇ ਬਾਲ ਠੀਕ ਆ, ਬਾਲ ਠੀਕ ਆ, ਵਾਟਸ ਦਾ ਰੀਜ਼ਨ? ਵਾਟਸ ਦਾ ਰੀਜ਼ਨ? ਆਫ ਕੋਰਸ ਪੋਡਕਾਸਟ ਅਸੀਂ ਕਰਨ ਲੱਗੇ, ਨਾਲੇ ਆਫ ਕੋਰਸ ਕੈਮਰਾ ਵੀ ਲੱਗਿਆ ਹੈ ਤਾਂ ਦੇਖਣਾ ਚਾਹੀਦਾ ਹਾਂ। ਇਹ ਕਰੋ ਦੇਖ ਕੇ ਹੋਣੇ ਸੀ ਤੁਸੀਂ ਨਹੀਂ ਕਰੋ ਤਾਂ ਫਿਰ ਵਹਾਂ ਸੇ ਯਹਾਂ ਤੱਕ ਆਤੇ ਆਤੇ ਡਿਸਟੈਂਸ ਹੈ। ਆ ਪਹਿਲਾ ਜੁੜੇ ਹੱਥ ਅੰਗਰੇਜ਼ੀ ਦਾ ਭਾਵੇਂ ਬੋਲਿਓ, ਥੋੜੀ ਬਹੁਤੀ ਹਿੰਦੀ ਨਹੀਂ ਬੋਲਣੀ। ਮੈਂ ਤਾਂ ਜਾਣ ਕੇ ਹਿੰਦੀ ਬੋਲ ਰਹੀ ਹਾਂ। हम नहीं बोल सकते हिंदी, हम नहीं बोल सकते हिंदी, हम नहीं हिंदी बोल। कैसे हो आप? मैं तो बहुत बढ़िया हूँ, आप कैसे हो कमल? बहुत ठंड हुई भैया, 7 जनवरी तो बाद खासी ठंड बढ़ गई। बनता भी है ना। क्यों क्यों क्या हमारी कौन सी शादी है ये हमारी ठंड आएगी इतनी? आपकी तो शायद है, मेरे को लग रहा है। तो उसकी वजह से जो ठंड है काफी लेट आई है, तो एक पॉइंट के लिए मैंने ये अज्यूम शायद कर लिया था कि शायद उस लेवल की ठंड नहीं इस बार आएगी। तो पंजाबी भरावा, नहीं मैं हिंदी से गल करनी है। मैंने हिंदी में बात करनी करो, है कर सकते हो तुम? ठंड काफी लेट आई है, एक पॉइंट कंसर्निंग आ गया ठंड इतनी आऊगी जिन्ना पहले ही आंदी सी, बट जानकारी देने ਆਂਟੀ ਆਂਟੀਆਂ ਨੂੰ ਅਸੀਂ ਦੇਖਿਆ, ਫਿਰ ਅੰਕਲ ਨੂੰ ਕੋਵਿਡ ਆਓ ਯਾਰ ਭਰਾਵਾ ਠੰਡ ਬਾੜੀ ਹੋ ਗਈ, ਉੱਦਾਂ ਦੀ ਡਿਸਕਸ਼ਨ ਮੈਂ ਕਰ ਰਹੀ ਹਾਂ। ਇਹ ਤਾਂ ਵੈਸੇ ਹਰ ਵਾਰ ਦੇਖੋਗੇ ਨਾ ਗੱਲਾਂ ਕਿੱਧਰ ਨੂੰ ਤੁਰ ਪੈਂਦੀਆਂ, ਸਾਨੂੰ ਕਿਹੜਾ ਪਤਾ ਹੁੰਦਾ, ਆਪਾਂ ਸੋਚਦੇ ਸੀ ਨਾ ਕੀ ਕਰਨਾ ਨਾ, ਇਹ ਹਰ ਵਾਰ ਇਨਸਾਨ ਨੂੰ ਇੱਦਾਂ ਕਿਉਂ ਲੱਗਣ ਲੱਗ ਜਾਂਦਾ ਵੀ ਐਤਕੀ ਠੰਡ ਜ਼ਿਆਦਾ ਪਿਛਲੀ ਵਾਰ ਨਾਲੋਂ, ਇਹਦਾ ਕੀ ਆਂਸਰ ਆ? ਕਿਉਂਕਿ ਸ਼ਾਇਦ ਉਹਨਾਂ ਨੇ ਰੀਸੈਂਟਲੀ, ਸੌਰੀ ਹਿੰਦੀ ਮੈਂ ਦੁਬਾਰਾ ਆ ਗਈ ਮੈਂ, ਹਾਂ ਹਾਂ ਆ ਜਾਈਏ ਕੋਈ ਬਾਤ ਨਹੀਂ, ਕੰਫਰਟੇਬਲ ਇਨ ਸਪੀਕਿੰਗ ਇਨ ਹਿੰਦੀ ਇੰਗਲਿਸ਼ ਪੰਜਾਬੀ, ਬਟ ਹਾਂ ਜਦ ਮੂਡ ਹੁੰਦਾ ਉਸੇ ਦੇ ਅਕੋਰਡਿੰਗ ਆਂਸਰ ਦਿੱਤੀ ਹੈ। मे बी इसलिए क्योंकि अभी रिसेंटली उन्होंने गर्मी एक्सपीरियंस की होती है और उसके बाद सडनली जब ठंड आएगी तो फिर कहीं तो इंटेलेक्चुअल लोग होंगे जो बोलेंगे नहीं यार शायद इस बार उतनी नहीं है, बट हाँ जिनको पहले गर्मी इतनी ज़्यादा लगी और एकदम से ठंड लग रही है, जाहिर सी बात है वो तो इस चीज़ को बोलेंगे ना कि नहीं और ठंड बहुत हो गई, ठंड बहुत हो गई, जो मुझे लगता है ये मतलब एक मेरा ओपिनियन है। ਹੋਰ ਉਹ ਤੋਂ ਇਲਾਵਾ ਹੈਗੇ ਮੇਰੇ ਬਹੁਤ ਖਾਸ ਮਿੱਤਰ ਕਮਲ ਜੀ, ਉਹਨਾਂ ਨਾਲ ਪੋਡਕਾਸਟ ਚੱਲਦਾ ਪਿਆ ਮੇਰਾ। ਇਹ ਜਿੱਦਾਂ ਨਾ ਜਿਹੜੀ ਪਹਿਲਾਂ ਤੁਸੀਂ ਸੀਰੀਅਲ ਕੀਤਾ, ਦੇਖੋ ਮੈਨੂੰ ਨਾ ਭੁੱਲ ਗਿਆ ਹੋਊਗਾ ਵੈਸੇ, ਮੈਨੂੰ ਪਤਾ ਆ, ਤੇ ਹੁਣ ਤੁਸੀਂ ਲੀਡ ਤੇ ਆ ਗਏ, ਡਿਫਰੈਂਸ ਲੱਗਦਾ ਕੁਛ? ਕਾਫੀ ਜ਼ਿਆਦਾ ਕੀ ਬਲੈਸ ਯੂ, ਠੀਕ ਹੈ ਜੀ ਉਹਨਾਂ ਨੂੰ। ਹਾਂਜੀ ਕੀ ਮੈਂ ਜਾਣਨਾ ਚਾਹੂੰਗਾ ਵੀ ਕੀ ਡਿਫਰੈਂਸ ਹੁੰਦਾ ਦੋਨਾਂ ਦੇ ਵਿੱਚ? ਠੀਕ ਹੈ, ਇੱਕ ਤਾਂ ਵਰਕਿੰਗ ਆਰਸ, ਰਾਈਟ, ਵਰਕਿੰਗ ਆਰਸ ਪਹਿਲੇ ਇਤਨੇ ਨਹੀਂ ਥੇ। ਹਾਂ ਮੈਨੂੰ ਚੇਤਾ ਹਲੇ ਗੱਲ ਫਰੂਟਸ, ਮੈਂ ਤੁਹਾਨੂੰ ਕੁਛ ਹੀ ਪੁੱਛ ਉਹ ਕਰੋ ਚੇਂਜ ਦਾ ਟੌਪਿਕ ਖਤਮ। ਅੱਛਾ ਹਾਂ ਵੀ ਜਦੋਂ ਪਹਿਲਾਂ ਆਪਾਂ ਸਾਈਡ ਰੋਲ ਕਰਦੇ ਆ, ਉਸ ਤੋਂ ਬਾਅਦ ਜਦੋਂ ਆਪਾਂ ਲੀਡ ਰੋਲ ਤੇ ਆ ਜਾਂਦੇ ਆ, ਕੀ ਫਰਕ ਲੱਗਦਾ? ਮੈਨੂੰ ਜੋ ਪਰਸਨਲੀ ਲੱਗਾ ਹੈ ਇਸ ਟਾਈਮ ਤੇ ਫਰਕ, ਉਹ ਇਹ ਹੈ ਕਿ ਵਰਕਿੰਗ ਆਰਸ ਵੱਧ ਗਏ ਆ, ਹੈ ਨਾ, ਐਂਡ ਜ਼ਾਹਿਰ ਸੀ ਬਾਤ ਹੈ ਜੋ ਲੀਡ ਹੁੰਦਾ ਹੈ ਉਸਕਾ ਕੰਮ ਜ਼ਿਆਦਾ ਹੁੰਦਾ ਹੈ ਕਿਉਂਕਿ ਸਟੋਰੀ ਉਸਕੇ ਅੱਗੇ ਪਿੱਛੇ ਘੁੰਮ ਰਹੀ ਹੁੰਦੀ ਹੈ, ਹੈ ਨਾ। ਪਹਿਲੇ ਫਿਰ ਵੀ ਰੈਸਟ ਮਿਲ ਜਾਂਦਾ ਤਾ, ਪਹਿਲਾਂ ਅਸੀਂ ਆਪਣੇ ਆਰਟ ਵਰਕ ਨੂੰ ਇੰਨਾ ਵਧੀਆ ਤਰੀਕੇ ਨਾਲ ਮੇ ਵੀ ਨਹੀਂ ਦਿਖਾ ਪਾ ਰਹੇ ਸੀ ਸਕਰੀਨ 'ਤੇ, ਕਿਉਂਕਿ ਸਕਰੀਨ ਟਾਈਮਿੰਗ ਬਹੁਤ ਘੱਟ ਹੁੰਦੀ ਸੀ। ਹੁਣ ਬਹੁਤ ਜ਼ਿਆਦਾ ਟਾਈਮ ਹੁੰਦਾ ਅਤੇ ਅਸੀਂ ਉਹਦੇ 'ਤੇ ਐਕਸਪੈਰੀਮੈਂਟ ਵੀ ਕਰ ਸਕਦੇ ਹਾਂ ਅਤੇ ਉਹ ਚੀਜ਼ ਕਰਨ ਨੂੰ ਵੀ ਮਜ਼ਾ ਆਉਂਦਾ ਕਿ ਹਾਂ ਯਾਰ ਉਹ ਚੀਜ਼ ਹੁਣ ਜ਼ਿਆਦਾ ਰਿਫਲੈਕਟ ਹੋ ਗਈ ਅਤੇ ਹੋਰ ਐਫਰਟ ਮਾਰਦਾ, ਜੀ ਕਰਦਾ। ਪਹਿਲਾਂ ਵੀ ਕਰਦਾ ਸੀ ਬਟ ਕੰਪੈਰੇਟਿਵਲੀ ਹੁਣ ਹੋਰ ਵਧੀਆ ਲੱਗਦਾ। ਅਤੇ ਸੈੱਟ 'ਤੇ ਬੰਦੇ ਦੀ ਵੈਲਿਊ ਵੱਧ ਜਾਂਦੀ ਥੋੜ੍ਹੀ ਜਿਹੀ, ਟ੍ਰੀਟਮੈਂਟ ਜ਼ਿਆਦਾ ਅੱਛਾ ਮਿਲਣ ਲੱਗ ਪੈਂਦਾ? ਦੇਖੋ ਇਹ ਤਾਂ ਬੰਦੇ 'ਤੇ ਵੀ ਡਿਪੈਂਡ ਕਰਦਾ, ਪਹਿਲਾਂ ਵੀ ਮੈਨੂੰ ਬਹੁਤ ਸੋਹਣਾ ਟ੍ਰੀਟਮੈਂਟ ਮਿਲਦਾ ਸੀ ਜਿੱਥੇ ਵੀ ਮੈਂ ਕੰਮ ਕੀਤਾ ਅਤੇ ਉਹ ਚੀਜ਼ ਹੁਣ ਵੀ ਕਾਇਮ ਹੈ। ਨਾਲੇ ਪ੍ਰੋਡਕਸ਼ਨ ਦਾ ਮੇਨ ਇਸ 'ਚ
हाथ होंगे राइट थानू प्रोडक्शन किवें दी मिली हुई है वह भी डिपेंड करता मैं जिथे भी हूँ तक काम किया लाइक प्रीवियसली भी ये तो पहला पहला की गल कर रही हूँ वह सैट भी बहुत सोहना सीगा तो प्रोडक्शन भी बहुत सोहनी सी कुछ भी कहें कर देंगे सी तो इतने भी वो चीज़ आ ये प्रोडक्शन भी बहुत सोहनी है तो हेल्प करती है हर चीज़ मतलब एक बार कहने की लोड़ होंगी है वो चीज़ नाल दी नाल हो जाती है तो माइंड की होंगे बंदे जो तुम लीड पर आ जाने माइंड लैवल खुशी तो होंगी है ना बंद अलग यार खुशी तो चलो ठीक है इट्स अ ह्यूमन नेचर जब तुम ड्रीम सोचा हो चीज़ जब तुम मिल जाती है तो बाद ठीक है खुशी होंगी है बट जब तुम इदा का कोई रोल करते पे हो थोड़ी रिसपोंसिबिलिटी बढ़ जाती है तो काइंड ऑफ तुम कह लो सीरियस हो जाते हो तुम बहुत ज़्यादा मतलब बहुत ज़्यादा इन द सेंस कि थानू पता है कि थोड़े कंधे तो है हूँ सब कुछ तुम मन भावें थोड़ा है भी नहीं काम करने का पर थानू करना ही पेगा इदा का हो जाता है लास्ट वीक च मेरी हालत बहुत ज्यादा खराब हो गई थी ठंड करके उत्थे इन्नी ठंड पै रही थी लाइक धुंद ते फॉग पूरे कपड़े गिले हो रहे थे जिद्दां सब गार भी खड़े हो रहे थे ना ਇੱਦਾਂ ਦੀ ਠੰਡ ਹੋ ਗਈ ਸੀ ਐਂਡ ਉਸ ਟਾਈਮ ਮੇਰੇ ਜਿੰਨੇ ਵੀ ਸੀਨਸ ਲੱਗੇ ਹੋਏ ਸੀ ਉਹ ਛੱਤ ਤੇ ਲੱਗੇ ਹੋਏ ਸੀ ਮੈਨੂੰ ਉੱਥੇ ਸੋਣਾ ਹੈ ਤੇ ਜਿਹੜੇ ਮੇਰੇ ਕੱਪੜੇ ਉਹ ਸਿਲਕੀ ਹੈ ਓਕੇ ਸਮਝ ਰਹੇ ਹੋ ਮਤਲਬ ਆਈ ਵਾਸ ਲਾਈਕ ਦੈਟ ਤੇ ਮੇਰੀ ਤਬੀਅਤ ਖਰਾਬ ਹੈਗੀ ਉਪਰੋਂ ਬਟ ਸਲੀਪਿੰਗ ਪੈਟਰਨ ਜਦ ਮੇਰਾ ਕੰਪਲੀਟ ਨਹੀਂ ਹੋ ਰਿਹਾ ਸੀ ਉਹਦੇ ਕਰਕੇ ਉਹ ਦਵਾਈ ਵੀ ਅਸਰ ਨਹੀਂ ਕਰ ਰਹੀ ਸੀ ਓਕੇ ਰਾਈਟ ਮੇਰਾ ਰਾਤ ਨੂੰ 12:00 ਵਜੇ ਪੈਕਅਪ ਹੋ ਰਿਹਾ ਹੈ ਔਰ ਸਵੇਰੇ ਮੇਰਾ ਕਾਲ ਟਾਈਮ ਹੈ 7:00 ਰਿਪੋਰਟਸ ਆਈਆਂ ਪਹਿਲਾਂ ਤਾਂ ਉਹਨਾਂ ਨੇ ਦੱਸਿਆ ਕਿ ਨਹੀਂ ਨਹੀਂ ਸਭ ਨੋਰਮਲ ਹੈਗਾ ਪਰ ਉਹ ਦੇ ਡੋਨਟ ਵਾਂਟ ਟੂ ਮੇਕ ਮੀ ਫੀਲ ਪੈਨਿਕ ਐਟ ਦੈਟ ਟਾਈਮ ਤੇ ਉਹ ਤੋਂ ਬਾਅਦ ਉਹਨਾਂ ਨੇ ਬਾਅਦ 'ਚ ਕਿਹਾ ਕਿ ਟਾਈਫਾਇਡ ਡਿਟੈਕਟ ਹੋਇਆ ਅੱਛਾ ਇਹ ਬਹੁਤ ਮਾੜੀ ਚੀਜ਼ ਆ ਰਾਈਟ ਐਂਡ ਉਹਨਾਂ ਨੇ ਕਿਹਾ ਕਿ ਹਜੇ ਸਟਾਰਟਿੰਗ ਫੇਸ ਹੀ ਆ ਤੇ ਵੀ ਆਰ ਵੈਰੀ ਕੰਸਰਨ ਫੋਰ ਯੂ ਇਹ ਪ੍ਰੋਡਕਸ਼ਨ ਟੀਮ ਇੰਨੀ ਸੋਹਣੀ ਸੀ ਉਹਨਾਂ ਨੇ ਇੱਦਾਂ ਬੇਟੀ ਵਾਂਗੂ ਉਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਕਿਹਾ ਕਿ ਪੁੱਤ ਜੇ ਜੀ ਨਹੀਂ ਕਰ ਰਿਹਾ ਨਾ ਬੇਟਾ ਅਗਰ ਮਨ ਨਹੀਂ ਕਰ ਰਿਹਾ ਤਾਂ ਬੋਲ ਦਿਓ ਆਪ ਬੋਲ ਦਿਓ हम छुट्टियां जो है वो आगे मतलब Jan 1, 2, 3 तब कर लेंगे अभी यू नीड रेस्ट आप कर सकते हो और मुझे पता था कि 29 से सबने अपने प्लानिंग सॉर्ट कर लिए टिकट हो चुकी है और सबने घर जाना और न्यू ईयर सबने इकट्ठे बनाना है तो अगर तो मैं वहां पर रुक जाती इस चीज के लिए कि नहीं नहीं सर आई वॉन्ट रेस्ट तब तो फिर मतलब एक इमोशनली मैंने मैंने कहा सर यू डोंट नो मी आपको पता नहीं है मैं क्या शेर नहीं हूँ मैं ठीक है अभी देखो बस ORS वाला मंगवा लेना जरूरी है हंसने लगी कह रहे नहीं नहीं वो हमने पहले ही सब कुछ रख लिया है एंड यू डोंट वरी बस देख लिया जब भी फील होगा कि नहीं करना बोल देना कि सर नहीं हो रहा मुझे रेस्ट चाहिए तो हम हैं यहाँ पर तेरे लिए तो उन्होंने इतनी अथॉरिटी दे दी थी नहीं भी होगा बोल पर फिर वो दो दिन मैंने निकाल दिए थे एंड उस चीज़ की वजह से हमें छुट्टियाँ भी हुई एंड उसके बाद आई फेल्ट सो गुड अबाउट इट कि भी फाइनली हो गया बट टाइफाइड से काम करना बहुत औखा बहुत ज्यादा मेनू लास्ट होया सी मेरे लाइफ एक महीना खराब हो गया मेनू पता बट वो स्टार्टिंग फेज सी बट आई नो माई सेल्फ मैं मेरा इम्यून हैगा स्ट्रांग मैं बहुत छेती रिकवर कर लेंगे क्योंकि वर्कआउट वर्कआउट तो खान पान का मेरा हिसाब किताब सही है और ठंड जी होंगी वो बेबी खराब कर देती है मेरा काम बट चीज़ें जड़ी हैगी वो छेती रिकवर हो जाती हैं इसी करके वो छेती मैं मतलब टाइम टू टाइम प्रिकॉशन लेंगी रही तो फिट हो गई छुट्टियाँ भी हो गया जी ना आप उस भी गल करते आए हैं ना भी जो ना कोई अपनी रिलेशनशिप पब्लिक कर दिता है ना
ਉਹ ਮਾਈਂਡ ਸੈਟ ਆ ਲੋਕਾਂ ਦਾ ਕਿ ਉਹ ਕਹਿੰਦੇ ਵੀ ਤੁਹਾਡੀ ਫੈਨ ਫੋਲੋਇੰਗ ਘੱਟ ਜਾਂਦੀ ਆ ਜਾਂ ਕੁਛ ਹੋ ਜਾਂਦੀ ਆ, ਮਤਲਬ ਤੁਸੀਂ ਤਾਂ ਪਬਲਿਕ ਕੀਤੀ ਇੰਸਟਾਗ੍ਰਾਮ ਤੇ ਸਾਰਿਆਂ ਨੂੰ ਪਤਾ ਹੀ ਆ ਨਾ, ਫਰਕ ਪਿਆ ਇਹ ਥੋਟ ਤੇ ਯਕੀਨ ਰੱਖਦੇ ਤੁਸੀਂ ਯਾਰ? ਮੈਨੂੰ ਤਾਂ ਸਗੋਂ ਬਹੁਤ ਪਿਆਰ ਮਿਲਿਆ ਉਲਟਾ। ਹਾਂ ਬਿਲਕੁਲ, ਮੈਨੂੰ ਤਾਂ ਸਗੋਂ ਹੋਰ ਮਤਲਬ ਕਹਿ ਲਓ ਤੁਸੀਂ ਰਿਸਪੈਕਟ ਵੀ ਮਿਲੀ ਹੈ ਐਂਡ ਸਾਈਡ ਬਾਈ ਸਾਈਡ ਪਿਆਰ ਮੈਨੂੰ ਡਬਲ ਮਿਲਿਆ। ਅੱਛਾ, ਕੋਈ ਫੈਕਟ ਨਹੀਂ ਬੰਦਾ ਅਫੈਕਟ, ਜਿਵੇਂ ਹੁਣ ਤੁਸੀਂ ਇਹ ਟੋਪਿਕ ਛੇੜਿਆ ਹੈ ਨਾ, ਏਦਾਂ ਹੀ ਕਾਫੀ ਲੋਕਾਂ ਨੇ ਏਦਾਂ ਹੀ ਟੋਪਿਕ ਉਠਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਇਸ ਫੀਲਡ 'ਚ ਹੋ ਕੇ ਇੰਨਾ ਓਪਨਲੀ ਇਸ ਚੀਜ਼ ਨੂੰ ਰੱਖ ਰਹੇ ਹੋ ਕਿ ਤੁਹਾਨੂੰ ਅੱਗੇ ਜਾ ਕੇ ਮੇਰੀ ਪ੍ਰੋਬਲਮ ਹੋ ਸਕਦੀ ਹੈ। ਮੈਂ ਕਿਹਾ ਤੁਸੀਂ ਇਹ ਚੀਜ਼ ਕਹਿ ਰਹੇ ਹੋ ਮੈਨੂੰ, ਮਤਲਬ ਤੁਹਾਡੇ ਤੋਂ ਇਹ ਚੀਜ਼ ਤੁਸੀਂ ਮੈਨੂੰ ਦੱਸ ਰਹੇ ਹੋ, ਮੈਂ ਵੀ ਹੁਣ ਇੱਦਾਂ ਲੱਗ ਰਿਹਾ, ਬਟ ਇਨ ਜਨਰਲ ਲਾਈਫ ਆਈ ਐਮ ਨੋਟ ਫੀਲਿੰਗ ਐਨੀਥਿੰਗ ਲਾਈਕ ਦੈਟ। ਮੈਨੂੰ ਪ੍ਰੋਜੈਕਟਸ ਵੀ ਆ ਰਹੇ ਨੇ, ਮੇਰੇ ਕੰਮ ਨੂੰ ਐਪਰੀਸ਼ੀਏਟ ਵੀ ਕੀਆ ਜਾ ਰਿਹਾ ਅਤੇ ਅਲੋਂਗ ਵਿਦ ਇਟ ਮੇਰੀ ਪਰਸਨਲ ਲਾਈਫ ਜਿਹੜੀ ਚੱਲਦੀ ਪਈ ਹੈ ਉਹਦੇ ਲਈ ਵੀ ਮਤਲਬ ਐਵਰੀਵਨ ਇਜ਼ ਐਪਰੀਸ਼ੀਏਟਿੰਗ ਦੈਟ ਵੀ ਆਰ ਡੂਇੰਗ ਗੁੱਡ ਐਂਡ ਵੀ ਹੋਪ ਫੋਰ ਦਾ ਬੈਸਟ। ਅਤੇ ਤੁਹਾਨੂੰ ਦੇਖ ਕੇ ਇੱਦਾਂ ਫੀਲ ਹੁੰਦਾ ਹੈ ਕਿ ਤੁਸੀਂ ਹਮੇਸ਼ਾ ਇੱਦਾਂ ਹੀ ਰਹੋ, ਜਿੱਦਾਂ ਦੇ ਹੋ ਇੱਦਾਂ ਹੀ ਰਹੋ। ਅਤੇ ਆਈ ਗੈਸ ਮੈਂ ਜਿੱਦਾਂ ਵੀ ਆਪਣੇ ਆਪ ਨੂੰ ਰਿਫਲੈਕਟ ਕਰਦੀ ਹਾਂ ਔਨ ਸੋਸ਼ਲ ਮੀਡੀਆ ਅਤੇ ਕਿਤੇ ਵੀ ਲਾਈਕ ਇਨ ਫਰੰਟ ਆਫ ਯੂ ਐਜ਼ ਵੈਲ, ਮੈਂ ਜਿੱਦਾਂ ਦੀ ਹੈਗੀ ਉੱਦਾਂ ਦਾ ਮੈਨੂੰ ਸੋਹਣਾ ਲੱਗਦਾ ਕਿ ਹਾਂ ਯਾਰ ਮੈਂ ਇੱਦਾਂ ਦੀ ਹੈਗੀ ਅਤੇ ਇਹੀ ਹਾਂ, ਮੈਨੂੰ ਕੁਛ ਫਿਲਟਰ ਲਾਉਣ ਦੀ ਲੋੜ ਨਹੀਂ, ਰਾਈਟ? ਅਤੇ ਇਨ ਟਰਮਸ ਆਫ ਮਾਈ ਰਿਲੇਸ਼ਨਸ਼ਿਪ ਐਜ਼ ਵੈਲ, ਉਹ ਜਿੱਦਾਂ ਦਾ ਹੈਗਾ ਉੱਦਾਂ ਦਾ ਤੁਹਾਨੂੰ ਦੱਸ ਰਿਹਾ ਐਂਡ ਇਫ ਪੀਪਲ ਆਰ ਲਵਿੰਗ ਇਟ ਦੈਨ ਵਾਈ ਵੁੱਡ ਆਈ ਸਟੌਪ ਇਟ, ਵਾਈ ਵੁੱਡ ਆਈ ਸਟੌਪ ਰਿਫਲੈਕਟਿੰਗ। ਕਿਉਂਕਿ ਪੰਜਾਬੀ ਇੰਡਸਟਰੀ ਦੀ ਜੇ ਗੱਲ ਕਰ ਲਈਏ ਬਹੁਤ ਵੱਡੇ ਨਾਮ ਆ, ਅਸੀਂ ਕਿਸੇ ਦਾ ਉਹ ਨਹੀਂ ਕਰਾਂਗੇ, ਉਹਨਾਂ ਨੇ ਅੱਜ ਤੱਕ ਆਪਣੀ ਲਾਈਫ ਆਪਣੀ ਜਿਹੜੀ ਲਾਈਫ ਹੈ ਇਹ ਉਹਨੂੰ ਕੀਤੇ ਹੀ ਦਿਖਾ ਰਹੇ ਵੀ ਅਸੀਂ ਸਿੰਗਲ ਹਾਂ। ਉਹਨਾਂ ਉਹਦਾ ਰੀਜ਼ਨ ਪੁੱਛਦੇ ਆ, ਉਹ ਇਹੀ ਕਹਿੰਦੇ ਆ ਵੀ ਇਹਦੇ ਨਾਲ ਫੈਨ ਫੋਲੋਇੰਗ ਤੇ ਫਰਕ ਪੈ ਸਕਦਾ ਆ ਜਾਂ ਇਦਾਂ ਹੋ ਸਕਦਾ ਜਾਂ ਕੁਛ ਹੋ ਸਕਦਾ। ਯਾਰ ਹਰੇਕ ਦਾ ਕਹਿ ਲਓ ਕਿ ਲਾਈਫ ਸਿਚੁਏਸ਼ਨ ਡਿਫਰੈਂਟ ਹੁੰਦੀ ਹੈ ਤੇ ਲਾਈਫ ਨੂੰ ਦੇਖਣ ਦਾ ਪਰਸਪੈਕਟਿਵ ਵੀ ਡਿਫਰੈਂਟ ਹੁੰਦਾ ਹੈ, ਡਿਪੈਂਡ ਕਰਦਾ ਤੁਸੀਂ ਆਡੀਅੰਸ ਕਿੱਦਾਂ ਦੀ ਮੰਗ ਰਹੇ ਹੋ, ਰਾਈਟ? ਤੇ ਮੈਂ ਜੇ ਆਪਣੀ ਗੱਲ ਕਰਾਂ ਤੇ ਲਾਈਫ ਪਰਸਪੈਕਟਿਵ, ਲਾਈਫ ਸਿਚੁਏਸ਼ਨ ਇਸ ਟਾਈਮ ਮੈਂ ਇੱਦਾਂ ਦੀ ਬਣਾਈ ਹੋਈ ਹੈ ਕਿ ਸੌਟੀ ਸੌਟੀ, ਰਾਈਟ? ਮੈਂ ਆਪਣੀ ਫੈਮਲੀ ਨਾਲ ਵੀ ਇਸ ਕਰਕੇ ਬਹੁਤ ਜ਼ਿਆਦਾ ਖੁੱਲ੍ਹੀ ਹੋਈ ਹਾਂ, ਮੈਂ ਜਿੱਥੇ ਵੀ ਜਾਂਦੀ ਹਾਂ ਉਹਨਾਂ ਦੇ ਨਾਲ ਵੀ, ਤਾਂ ਉਹਨਾਂ ਨੂੰ ਪਤਾ ਹੁੰਦਾ, ਦੇ ਆਰ ਸਪੋਰਟਿੰਗ ਬਿਕੋਜ਼ ਦੇ ਨੋ ਦਿਸ ਥਿੰਗ ਕਿ ਪੁੱਤ ਨੇ ਕੁਛ ਲੁਕੋ ਕੇ ਨਹੀਂ ਰੱਖਿਆ ਹੋਇਆ। ਤਾਂ ਮੈਨੂੰ ਇੰਝ ਲੱਗਦਾ ਲਾਈਕ ਇਹ ਮੈਂ ਹੈਗੀ ਹਾਂ ਤਾਂ ਮੈਨੂੰ ਲੁਕਾਉਣ ਦੀ ਕੋਈ ਲੋੜ ਨਹੀਂ ਹੈਗੀ, ਜੇ ਕੋਈ ਹੋਰ ਇਹ ਚੀਜ਼ ਕਰ ਰਿਹਾ ਲੁਕਾਉਣ ਦੀ ਤਾਂ ਮੇ ਵੀ ਉਹਨਾਂ ਦਾ ਪਰਸਪੈਕਟਿਵ ਇੰਝ ਹੈ, ਮੇ ਵੀ ਹਾਂ ਉਹਨਾਂ ਦਾ ਜਿਹੜਾ ਆਡੀਅੰਸ ਹੈਗੀ ਉਹਨਾਂ ਨੂੰ ਮੇ ਵੀ ਕਿਸੇ ਹੋਰ ਨਾਲ ਐਕਸੈਪਟ ਨਹੀਂ ਕਰ ਸਕਦੇ, ਰਾਈਟ? ਮੈਨੂੰ ਐਕਸੈਪਟ ਇਸ ਕਰਕੇ ਕਰ ਰਹੇ ਬਿਕੋਜ਼ ਦੇ ਆਰ ਲਵਿੰਗ ਹਿਮ ਐਸ ਵੈਲ। ਇੱਕ ਨਾ ਹੁਣ ਸਾਡੀ ਉੱਥੇ ਗੱਲ ਚੱਲ ਰਹੀ ਸੀਗੀ ਇੰਸਟਾਗ੍ਰਾਮ ਦੇ ਉੱਪਰ ਹੀ ਕਿਸੇ ਆਰਟਿਸਟ ਦੇ ਨਾਲ, ਮੈਂ ਨਾ ਭੁੱਲ ਗਿਆ ਉਹਨਾਂ ਦਾ, ਉਹ ਸੁਣ ਕੇ ਤਾਂ ਕਹਿਣਗੇ ਵੀ ਵੈਰੀ ਗੁੱਡ, ਅਤੇ ਰਾਵੀ ਕੌਰਬਲ, ਸੋਰੀ। ਅਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਅੱਜ ਕੱਲ੍ਹ ਰਿਲੇਸ਼ਨਸ਼ਿਪ ਚੱਲਦੇ ਨਹੀਂ ਹੈਗੇ, ਲੰਬੇ ਨਹੀਂ ਚੱਲਦੇ ਹੈਗੇ ਜਾਂ ਰਿਲੇਸ਼ਨਸ਼ਿਪ ਦੇ ਵਿੱਚ ਪਿਆਰ ਨਹੀਂ ਰਿਹਾ? ਉਹ ਕਹਿੰਦੇ ਹਾਂ ਸਹੀ ਗੱਲ ਆ, ਅਤੇ ਪਰ ਮੈਨੂੰ ਲੱਗਾ ਕਿਤੇ ਨਾ ਕਿਤੇ ਵੀ ਨਹੀਂ ਸਹੀ ਗੱਲ ਵੀ ਹੈ ਨਹੀਂ, ਵੀ ਆਪਣੇ ਕੋਲ ਐਗਜ਼ਾਮਪਲ ਹੈ ਕਿਤੇ ਨਾ ਕਿਤੇ, ਤੁਸੀਂ ਤੈਨੂੰ ਬੈਟਰ ਐਕਸਪਲੇਨ ਕਰ ਸਕਦੇ ਹੋ ਆਈ ਥਿੰਕ। ਮੈਂ ਇਹ ਚੀਜ਼ ਫੀਲ ਕਰਦਾ ਵੀ ਵੈਨ ਯੂ ਆਰ ਇਨ ਰਿਲੇਸ਼ਨਸ਼ਿਪ, ਜਦੋਂ ਤੁਹਾਨੂੰ ਕਿਸੇ ਨਾਲ ਪਿਆਰ ਹੁੰਦਾ ਹੈ ਨਾ ਕਿਤੇ ਨਾ ਕਿਤੇ, ਉਹ ਤੁਹਾਡੇ ਡੇਜ਼ ਜਾਂ ਤੁਹਾਡੇ ਸਾਲ ਬੈਟਰ ਹੁੰਦੇ ਆ ਐਜ਼ ਕੰਪੇਅਰ ਟੂ ਤੁਹਾਡੀ ਦੂਜੀ ਲਾਈਫ ਨਾਲੋਂ, ਕਿਉਂਕਿ ਤੁਸੀਂ, ਮੈਂ ਐਡ ਆਨ ਕਰਨਾ ਚਾਹੁੰਦਾ, ਮੈਨੂੰ ਇੱਦਾਂ ਵੀ ਫੋਰ ਐਗਜ਼ਾਮਪਲ ਆਪਾਂ 15 ਘੰਟੇ ਕੰਮ ਕੀਤਾ, ਆਪਾਂ 18 ਘੰਟੇ ਕੰਮ ਕੀਤਾ, ਫਾਈਨ, ਪਰ ਜਿਹਨੂੰ ਤੁਸੀਂ ਇਨਸਾਨ ਜਿਹੜਾ ਤੁਹਾਡੇ ਨਾਲ ਕਲੋਜ਼ ਆ, ਤੁਸੀਂ ਪਿਆਰ ਕਰਦੇ ਆ, ਉਦੋਂ ਬਾਅਦ 'ਚ ਤੁਹਾਡੇ ਨਾਲ ਉਹਦੀ 15-20 ਮਿੰਟ ਗੱਲ ਵੀ ਹੋ ਜਾਵੇ ਨਾ, ਤੁਹਾਡਾ ਮਾਇੰਡ, ਮੈਂ ਇਹ ਫੀਲ ਕੀਤਾ ਵੀ ਇਹ ਇੱਕਦਮ ਹੋ ਜਾਂਦਾ ਵੀ ਹਾਂ ਆਪਾਂ ਫਰੈਸ਼ ਹਾਂ, ਹੁਣ ਤੁਹਾਡੀ ਵਾਰੀ। ਮੈਨੂੰ ਇੰਝ ਲੱਗਦਾ ਜਦ ਤੁਸੀਂ ਕਿਸੇ ਨੂੰ ਮੁਹੱਬਤ ਕਰਦੇ ਹੋ ਨਾ, ਜਦ ਤੁਸੀਂ ਮੁਹੱਬਤ ਵਿੱਚ ਹੁੰਦੇ ਹੋ, ਤੁਹਾਡੀ ਡਾਇਰੈਕਟ ਗੱਲ ਰੱਬ ਨਾਲ ਹੋਣ ਲੱਗ ਜਾਂਦੀਆਂ ਨੇ, ਇਹ ਮੈਨੂੰ ਪਰਸਨਲੀ ਫੀਲ ਹੁੰਦਾ, ਰਾਈਟ? ਅਤੇ ਰਹੀ ਗੱਲ ਉਹਨਾਂ ਦੇ ਪਰਸਪੈਕਟਿਵ ਦੀ ਕਿ ਰਿਲੇਸ਼ਨਸ਼ਿਪਸ ਵਰਕ ਨਹੀਂ ਕਰ ਰਹੇ, ਮੈਂ ਸਿਰਫ ਉਹਨਾਂ ਨੂੰ ਇੱਥੇ ਕਾਊਂਟਰ ਨਹੀਂ ਕਰ ਰਹੀ, ਮੈਂ ਬਾਕੀਆਂ ਦੇ ਵੀ ਪੁਆਇੰਟ ਆਫ ਵਿਊ ਨੂੰ ਇੱਥੇ ਲੈ ਕੇ ਆ ਰਹੀ ਹਾਂ, ਕਿਉਂਕਿ ਮੇਰੇ ਆਪਸ ਦੇ ਜਿਹੜੇ ਫਰੈਂਡ ਸਰਕਲ ਹੈਗੇ ਉੱਥੇ ਵੀ ਮੈਂ ਇਹ ਚੀਜ਼ ਸੁਣ ਰਹੀ ਹਾਂ, ਰਾਈਟ? ਡਿਪੈਂਡ ਕਰਦਾ ਤੁਸੀਂ ਕਿਹੜੀ ਚੀਜ਼ ਨੂੰ ਓਬਜ਼ਰਵ ਕਰ ਰਹੇ ਹੋ
ਕਿਹੜੀ ਚੀਜ਼ ਨੂੰ ਮਤਲਬ ਜ਼ਿਆਦਾ ਤਵੱਜੋ ਦੇ ਰਹੇ ਹੋ, ਪ੍ਰਾਇਓਰਟਾਈਜ਼ ਕਰ ਰਹੇ ਹੋ ਆਪਣੀ ਲਾਈਫ 'ਚ, ਰਾਈਟ? ਕਿਉਂਕਿ ਇੱਦਾਂ ਤਾਂ ਹੈ ਨਹੀਂ ਕਿ ਮੈਂ ਵੀ ਆਪਣੀ ਲਾਈਫ 'ਚ ਕੁਛ ਬ੍ਰੇਕਅਪ ਫੇਸ ਨਹੀਂ ਦੇਖਿਆ ਹੋਇਆ, ਬਿਲਕੁਲ ਆਫਕੋਰਸ ਮੈਂ ਵੀ ਦੇਖਿਆ ਹੋਇਆ, ਰਾਈਟ? ਅਤੇ ਮੈਂ ਉਹ ਤੋਂ ਬਾਅਦ ਵੀ ਇਹ ਚੀਜ਼ ਨੂੰ ਮੈਂ ਮੰਨ ਕੇ ਰੱਖਿਆ ਕਿ ਨਹੀਂ, ਉਹ ਉੱਦਾਂ ਦੀ ਸਿਚੁਏਸ਼ਨ ਸੀਗੀ, ਆਈ ਨੀਡ ਟੂ ਐਕਸੈਪਟ ਇਟ। ਜੇ ਉਹ ਚੀਜ਼ ਵਰਕਆਊਟ ਨਹੀਂ ਹੋਈ, ਇਟ ਡਜ਼ਨਟ ਮੀਨ ਕਿ ਪਿਆਰ ਵਿਆਰ ਕੁਛ ਹੈ ਹੀ ਨਹੀਂ। ਹਾਂ ਬਿਲਕੁਲ, ਰਾਈਟ ਰਾਈਟ। ਇਹ ਚੀਜ਼ ਮੈਂ ਮੰਨਦੀ ਹਾਂ, ਉਹ ਸਿਚੁਏਸ਼ਨ ਉੱਦਾਂ ਦੀ ਸੀ, ਉਹ ਰੱਬ ਨੇ ਕੀਤਾ ਜਾਂ ਫਿਰ ਆਸ ਪਾਸ ਜਿਹੜਾ ਸਰਾਊਂਡਿੰਗ ਸੀ ਉਹਦੇ ਕਰਕੇ ਉਹ ਸਾਰੀਆਂ ਚੀਜ਼ਾਂ ਬਣੀਆਂ ਅਤੇ ਹੋਈਆਂ। ਵੀ ਕੈਨ ਬਲੇਮ ਆਊਟ ਕਿ ਯਾਰ ਇਹ ਨਹੀਂ ਨਹੀਂ ਪਿਆਰ ਪਿਆਰ ਤੋਂ ਸੋਚੋ, ਤੁਸੀਂ ਕਹਿ ਸਕਦੇ ਵੈਰੀ ਬਿਊਟੀਫੁਲ, ਮੈਂ ਉਹਨੂੰ ਥਿੰਗ ਵੀ ਨਹੀਂ ਕਹਿ ਸਕਦੀ, ਮਤਲਬ ਬਿਯੋਂਡ ਵਰਡਸ ਇਟ ਇਜ਼, ਰਾਈਟ? ਜੇ ਤੁਸੀਂ ਰੱਬ ਨੂੰ ਮੰਨਦੇ ਹੋ, ਦੈਟ ਮੀਨਸ ਤੁਸੀਂ ਜੈਨੂਅਨਲੀ ਪਿਆਰ 'ਚ ਹੋ। ਰੱਬ ਪਿਆਰ, ਰੱਬ ਇਜ਼ ਲਾਈਕ ਐਵਰੀਥਿੰਗ। ਅਤੇ ਉਹ ਮੇਰਾ ਇੱਕ ਥੋਟ ਆ, ਸੋਰੀ ਲੱਗੀ ਤਾਂ ਤੁਹਾਨੂੰ, ਅਤੇ ਉਹ ਮੇਰਾ ਇੱਕ ਥੋਟ ਆ ਕਿ ਜੇ ਵਰਕਆਊਟ ਨਹੀਂ ਕਰ ਰਹੇ, ਟੇਕ ਯੋਰ ਟਾਈਮ, ਵੇਟ ਫੋਰ ਦਾ ਰਾਈਟ ਪਰਸਨ। ਐਂਡ ਇੱਦਾਂ ਜੇ ਤੁਸੀਂ ਹੁਣੇ ਪਰਸਪੈਕਟਿਵ ਬਣਾਉਣ ਲੱਗ ਜਾਓਗੇ ਕਿ ਵਰਕਆਊਟ ਨਹੀਂ ਹੁੰਦਾ, ਨਹੀਂ ਹੁੰਦਾ, ਨਹੀਂ ਹੁੰਦਾ, ਤਾਂ ਮੇ ਵੀ ਤੁਸੀਂ ਜੈਨੂਅਨਲੀ ਵਰਕਆਊਟ ਨਹੀਂ ਕਰ ਪਾਓਗੇ। ਮੈਨੂੰ ਮੈਂ ਇਹ ਫੀਲ ਕਰਦਾ ਵੀ ਅੱਜ ਕੱਲ੍ਹ ਜੇ ਰਿਲੇਸ਼ਨਸ਼ਿਪ ਸ਼ੋਰਟ ਟਰਮ ਰਹਿੰਦੇ, ਇੱਕ ਤਾਂ ਚਲੋ ਹਾਲਵੇਜ ਇਹ ਵੱਲ ਕਹਿੰਦੇ ਕਿ ਲੋਕਾਂ ਕੋਲ ਆਪਸ਼ਨਸ ਬਹੁਤ ਆ, ਇੱਕ ਮੈਨੂੰ ਇਹ ਲੱਗਦਾ ਵੀ ਰਿਲੇਸ਼ਨਸ਼ਿਪ ਦੇ ਵਿੱਚ ਆ ਕੇ ਨਾ ਆਪਾਂ ਇਨਸਾਨ ਨੂੰ ਗੁਲਾਮ ਵਰਡ ਨਹੀਂ ਮਿਲਿਆ, ਮੇਰੇ ਕੋਲ ਐਗਜੈਕਟ ਵਰਡ ਨਹੀਂ ਆ, ਰਿਲੇਸ਼ਨਸ਼ਿਪ 'ਚ ਆ ਕੇ ਆਪਾਂ ਹੱਕ ਜਿਹਾ ਜਿਤਾਉਣ ਲੱਗ ਪੈਂਦੇ ਹਾਂ ਵੀ ਤੂੰ ਕਿੱਥੇ ਆ, ਮੈਨੂੰ ਲਾਈਵ ਲੋਕੇਸ਼ਨ ਭੇਜ, ਠੀਕ ਆ, ਤੂੰ ਇਹਦੇ ਨਾਲ ਗੱਲ ਕਿਉਂ ਕੀਤੀ, ਤੇਰੇ ਇੰਸਟਾਗ੍ਰਾਮ 'ਤੇ ਇਹਦੇ ਹੀ ਕਮੈਂਟ ਜ਼ਿਆਦਾ ਕਿਉਂ ਆਉਂਦੇ ਆ, ਅਤੇ ਮਤਲਬ ਇੱਦਾਂ ਦੀਆਂ ਚੀਜ਼ਾਂ ਹੋਣ ਲੱਗ ਪੈਂਦੀਆਂ। ਅਤੇ ਫਿਰ ਉਹ ਆਪਾਂ ਪੜ੍ਹਦੇ ਹੁੰਦੇ ਨਾ ਕਿਤੇ ਗੱਲ, ਉਹ ਕਹਿੰਦੇ ਹੁੰਦੇ ਆ ਵੀ ਕਿਸੇ ਵੀ ਚੀਜ਼ ਨੂੰ ਨਾ ਜੇ ਤੁਸੀਂ ਘੁੱਟ ਕੇ ਰੱਖੋਗੇ ਉਹ ਤੜਫੂਗੀ, ਉਹਨੂੰ ਤੁਸੀਂ ਛੱਡ ਦੋਗੇ ਤਾਂ ਆਈ ਥਿੰਕ ਉਹ ਬੈਟਰ ਫੀਲ ਕਰੂਗੀ। ਮੈਨੂੰ ਲੱਗਦਾ ਵੀ ਤਾਂ ਸ਼ਾਇਦ ਸਾਰੇ ਗੱਲਾਂ ਇਹ ਕਹਿਣ ਲੱਗ ਪਏ ਵੀ ਪਿਆਰ ਅੱਛਾ ਨਹੀਂ ਆ ਜੀ, ਇਹ ਹੋ ਗਿਆ ਉਹ ਹੀ ਨਾ, ਉਹਨਾਂ ਨੇ ਡੈਫੀਨੇਸ਼ਨ ਥੋੜ੍ਹੀ ਡਿਫਰੈਂਟ ਬਣਾ ਲਈ ਹੈ। ਮੇਰੇ ਲਈ ਲਵ ਇਜ਼ ਫਰੀਡਮ। ਬਿਲਕੁਲ ਰਾਈਟ। ਜੇ ਮੈਂ ਤੇ ਉਹ ਨਾਲ ਇੰਨੇ ਫ੍ਰੀਲੀ ਘੁੰਮ ਰਹੇ ਹਾਂ, ਉਹ ਜਸਟ ਬਿਕੋਜ਼ ਅਸੀਂ ਇੱਕ ਦੂਜੇ ਨੂੰ ਬਾਉਂਡ ਨਹੀਂ ਕਰਕੇ ਰੱਖਿਆ। ਹਾਂ ਬਿਲਕੁਲ ਬਿਲਕੁਲ ਵੀ ਨਹੀਂ। ਇਫ ਆਈ ਐਮ ਹੇਅਰ, ਇਟਸ ਅਪ ਟੂ ਮੀ, ਆਈ ਐਮ ਟੈਲਿੰਗ ਦੈਟ ਯਾਰ ਮੈਂ ਜਾ ਰਹੀ ਹਾਂ, ਆਈ ਐਮ ਗੋਇੰਗ ਐਂਡ ਦਿਸ ਇਜ਼ ਮਾਈ ਵਰਕ, ਓਕੇ? ਹਾਂ ਬਿਲਕੁਲ, ਖਤਮ ਖਤਮ। ਕਿੱਥੇ ਜਾ ਰਹੇ, ਕਿਉਂ ਜਾ ਰਹੇ, ਕੌਣ ਬਣੇ, ਇਹ ਕਦੇ ਵੀ ਨਹੀਂ, ਕਦੇ ਵੀ ਨਹੀਂ। ਇਹ ਸਮੱਸਿਆ ਸਭ ਤੋਂ ਵੱਡੀ ਮੈਂ ਪੁੱਛ ਰਹੀ ਹਾਂ, ਇਹ ਅਸੀਂ ਐਕਸਪੈਕਟ ਕਰਦੇ ਹਾਂ ਅਗਲੇ ਤੋਂ, ਠੀਕ ਹੈ, ਤੁਸੀਂ ਅਗਲੇ ਤੋਂ ਇਹ ਚੀਜ਼ ਐਕਸਪੈਕਟ ਕਰੋ, ਬਟ ਕੁਐਸਚਨ ਯੋਰ ਸੈਲਫ ਫਰਸਟ, ਤੁਸੀਂ ਤਾਂ ਨਹੀਂ ਕਰਦੇ ਸਭ ਕੁਝ। ਕਈ ਵਾਰੀ ਮੈਂ ਦੇਖਿਆ ਹੋਇਆ ਆਪਣੇ ਦੋਸਤਾਂ ਨੂੰ ਹੀ ਦੇਖਿਆ ਹੋਇਆ, ਕੁੜੀਆਂ ਕਹਿੰਦੇ ਯਾਰ ਮੇਰੇ ਵਾਲਾ ਬੜਾ ਪੁੱਛਦਾ ਹੈ, ਹੱਦ ਹੀ ਹੋ ਗਈ, ਮੈਂ ਜੇ ਕਿਸੇ ਆਪਣੇ ਦੋਸਤ ਨਾਲ ਵੀ ਚੱਲ ਜਾ, ਮੈਨੂੰ ਬਾਅਦ 'ਚ ਪੁੱਛਦਾ ਕਿ ਯਾਰ ਕਿਉਂ ਗਈ ਆ, ਕੌਣ ਹੈ ਉਹ, ਮੈਂ ਕਿਹਾ ਅੱਛਾ ਠੀਕ ਹੈ। ਐਂਡ ਔਨ ਦੀ ਅਦਰ ਹੈਂਡ, ਇੱਕ ਦੋ ਦਿਨ ਬਾਅਦ ਮੈਂ ਕੀ ਦੇਖ ਰਹੀ ਹਾਂ, ਯਾਰ ਦੇਖੀਓ ਆਪਣੀ ਉਸ ਪੁਰਾਣੀ ਸਹੇਲੀ ਮਤਲਬ ਕੋਲ ਮਿਲਣ ਗਿਆ, ਇਹ ਕਰ ਰਿਹਾ ਹੁਣ, ਇਹ ਕਰ ਰਿਹਾ, ਮੈਨੂੰ ਦੱਸਿਆ ਵੀ ਨਹੀਂ ਉਹਨੇ ਉਹ, ਮੈਂ ਕਿਹਾ ਵਾਟ ਇਜ਼ ਦਿਸ ਮੈਨ, ਬਿਲਕੁਲ, ਮੈਂ ਕਿਹਾ ਤੂੰ ਵੀ ਉਹ ਚੀਜ਼ ਕਰ ਰਹੀ ਹੈ ਅਤੇ ਉਹ ਵੀ ਉਹ ਚੀਜ਼ ਕਰ ਰਿਹਾ, ਐਂਡ ਯੂ ਆਰ ਐਕਸਪੈਕਟਿੰਗ ਕਿ ਉਹ ਚੀਜ਼ ਕਰੇ, ਪਹਿਲਾਂ ਤੂੰ ਤਾਂ ਇੱਦਾਂ ਦਾ ਬਣ ਕੇ ਦਿਖਾ, ਪਹਿਲਾਂ ਪਹਿਲ ਤਾਂ ਕਰੋ, ਬਿਲਕੁਲ, ਤੁਹਾਨੂੰ ਪਹਿਲਾਂ ਆਪ ਪਹਿਲ ਕਰਨੀ ਪੈਣੀ ਹੈ, ਉਹ ਤੋਂ ਬਾਅਦ ਤੁਸੀਂ ਅਗਲੇ ਤੋਂ ਐਕਸਪੈਕਟ ਕਰ ਸਕਦੇ ਹੋ, ਜਿਹੜਾ ਮਤਲਬ ਮੇਰਾ ਫੰਡ ਹੈ। ਉਹ ਸਮੱਸਿਆ ਇਹ ਆ ਵੀ ਆਪਾਂ ਚਾਹੁੰਦੇ ਹਾਂ ਵੀ ਸਾਨੂੰ ਕੋਈ ਬੈਟਰ ਇਨਸਾਨ ਮਿਲੇ, ਪਰ ਜੇ ਆਪਾਂ ਆਪ ਬੈਟਰ ਬਣ ਜਾਈਏ ਸ਼ਾਇਦ ਸਾਨੂੰ ਇਨਸਾਨ ਆਪੇ ਲੱਭ ਲਵੇ। ਜਸ ਜਸ ਜਸ, ਐਂਡ ਮੈਨੂੰ ਲੱਗਦਾ ਮਤਲਬ ਪਰਸਨਲੀ ਹੁਣ ਜਿਹੜੀ ਮੇਰੀ ਪ੍ਰੈਜੈਂਟ ਸਿਚੁਏਸ਼ਨ ਚੱਲ ਰਹੀ ਪਈ ਹੈ, ਮੈਂ ਅਰਸ਼ ਨੂੰ ਇੱਕ ਅਰਸ਼ ਨੂੰ ਉਹਨਾਂ ਨੂੰ ਮੈਂ ਆਈਨਾ ਮੰਨਦੀ ਹਾਂ, ਮਿਰਰ ਮੰਨਦੀ ਹਾਂ, ਰਾਈਟ? ਅਤੇ ਬਹੁਤ ਵੱਡੀ ਗੱਲ ਹੈ ਇਹ, ਸੱਚੀ ਕਹਿ ਰਹੀ ਹਾਂ ਮੈਂ, ਠੀਕ ਹੈ, ਗੁਲਜ਼ਨ ਜਾ ਰਹੇ ਮੈਨੂੰ ਬਹੁਤ, ਮੈਂ ਉਹਨਾਂ ਨੂੰ ਜੈਨੂਅਨਲੀ ਮਿਰਰ ਮੰਨਦੀ ਹਾਂ, ਰਾਈਟ? ਅਤੇ ਜਿਹੜੀ ਕੁਆਲਿਟੀਜ਼ ਮੈਂ ਆਪਣੇ ਅੰਦਰ ਰੱਖਦੀ ਹਾਂ, ਰਾਈਟ, ਉਹ ਕਿਤੇ ਨਾ ਕਿਤੇ ਮੈਨੂੰ ਉਹਨਾਂ ਦੇ ਅੰਦਰ ਵੀ ਦਿਸਦੀਆਂ ਨੇ। ਜਿੰਨੀ ਰਿਸਪੈਕਟ ਮੈਂ ਉਹਨਾਂ ਦੀ ਕਰਦੀ ਹਾਂ, ਉਹ ਮੈਨੂੰ ਕਰਦੇ ਨੇ, ਉਹ ਤੋਂ ਵੱਧ ਵੀ ਹੋ ਜਾਂਦੀ ਹੈ, ਘੱਟ ਵੱਧ ਜੋ ਵੀ ਹੈ, ਪਰ ਉਹੀ ਚੀਜ਼ ਹੈ ਕਿ ਜਿਹੜੀ ਚੀਜ਼ ਮੈਂ ਐਕਸਪੈਕਟ ਕਰਨ ਦੀ ਕੋਸ਼ਿਸ਼ ਕਰਦੀ ਹਾਂ, ਉਹ ਚੀਜ਼ ਮੈਂ ਕਰਦੀ ਹਾਂ ਉਹਨਾਂ ਦੇ ਲਈ ਜਾਂ ਨਹੀਂ ਕਰਦੀ, ਇਹ ਮੇਰੇ ਲਈ ਸਭ ਤੋਂ ਵੱਡਾ ਕੁਐਸਚਨ ਹੁੰਦਾ। ਅਤੇ ਉੱਥੇ ਅਸੀਂ ਮਤਲਬ ਕੀ ਕਹਿੰਦੇ ਉਹਨੂੰ, ਖਾਰੇ ਉਤਰਦੇ ਹਾਂ ਐਵਰੀ ਟਾਈਮ, ਇਹ ਚੀਜ਼ ਮੈਨੂੰ ਬਹੁਤ ਨਹੀਂ, ਜਿੱਦਾਂ ਨਾ ਰਿਸਪੈਕਟ ਦੀ ਗੱਲ ਆਈ ਆ, ਮੈਨੂੰ ਇਹ ਲੱਗਦਾ ਵੀ ਇੱਕ ਚੰਗੀ ਕੁੜੀ, ਮਤਲਬ ਬੈਟਰ, ਮੁੰਡਾ ਵੀ ਮਾੜਾ ਹੁੰਦਾ, ਕੁੜੀਆਂ ਵੀ ਹੁੰਦੀਆਂ, ਹਰ ਤਰ੍ਹਾਂ ਦੀ ਸੁਸਾਇਟੀ ਆ, ਇੱਕ ਚੰਗੀ ਕੁੜੀ ਇਹ ਚਾਹੁੰਦੀ ਵੀ ਪਿਆਰ ਚਾਹੇ ਮੈਨੂੰ ਥੋੜ੍ਹਾ ਘੱਟ ਕਰ ਲਾ, ਬਟ ਮੇਰੀ ਰਿਸਪੈਕਟ ਜ਼ਿਆਦਾ ਕਰ। ਹਾਂਜੀ, ਰਾਈਟ ਆ ਨਾ ਇਹ ਗੱਲ, ਮੈਨੂੰ ਲੱਗਦਾ ਕਿ ਇਹ ਸਹੀ ਵੀ ਹੈ, ਅਤੇ
ਤੁਸੀਂ ਇੱਕ ਚੀਜ਼ ਵੀ ਕਰ ਲੋਗੇ ਨਾ ਮੇਰੇ ਖਿਆਲ ਨਾਲ ਸ਼ਿੱਦਤ ਨਾਲ ਉਹ ਸਾਰੀਆਂ ਚੀਜ਼ਾਂ ਨਾਲ ਦੇ ਨਾਲ ਨਾਲ ਆ ਜਾਣਗੀਆਂ ਜਾਂ ਤੁਸੀਂ ਕਿਸੇ ਦੀ ਰਿਸਪੈਕਟ ਕਰੋਗੇ ਆਟੋਮੈਟਿਕਲੀ ਉਹ ਪਿਆਰ ਦਾ ਰੂਪ ਆ ਜਾਊ ਕਿਤੇ ਨਾ ਇੱਕ ਚੀਜ਼ ਤੁਸੀਂ ਜੇ ਪੂਰੇ ਸ਼ਿੱਦਤ ਨਾਲ ਕਰੋਗੇ ਇਹ ਮੈਨੂੰ ਸਕੂਲ 'ਚ ਨਾ ਮੇਰੀ ਪ੍ਰਿੰਸੀਪਲ ਸੀਗੀ ਵੰਦਨਾ ਸਕਸੇਨਾ ਮੈਮ ਉਹਨਾਂ ਨੇ ਅਸੈਂਬਲੀ 'ਚ ਜਦ ਅਸੀਂ 8th ਜਾਂ 9th ਕਲਾਸ 'ਚ ਸੀ ਉਹਨਾਂ ਨੇ ਇਹ ਚੀਜ਼ ਸਿਖਾਈ ਸੀ ਉਹ ਚੀਜ਼ ਕਲਿੱਕ ਸੀ ਮੇਰੇ ਮਾਇੰਡ 'ਚ ਕਿ ਜੇ ਤੁਸੀਂ ਤਰੁੱਥ ਵੀ ਬੋਲਦੇ ਹੋ ਨਾ ਸੱਚ ਵੀ ਬੋਲਦੇ ਹੋ ਸ਼ਿੱਦਤ ਨਾਲ ਬਾਕੀ ਸਾਰੀਆਂ ਗੁੱਡੀ ਗੁੱਡੀ ਚੀਜ਼ਾਂ ਵੈਲਿਊਜ਼ ਤੁਹਾਡੇ ਅੰਦਰ ਆਪਣੇ ਆਪ ਆ ਜਾਊਗੀ ਆਪਣੇ ਆਪ ਸਿਰਫ ਇੱਕ ਚੀਜ਼ ਨੂੰ ਫੜ ਲਓ ਕਿਸੇ ਵੀ ਇੱਕ ਚੀਜ਼ ਨੂੰ ਸਹੀ ਗੱਲ ਯਾ ਛੋਟੀ ਉਮਰ ਸਿਆਣੀਆਂ ਗੱਲਾਂ ਨਾ ਯਾ ਕਰਨੇ ਵੈਸੇ ਠੀਕ ਆ ਕਈ ਵਾਰੀ ਇੱਦਾਂ ਹੋ ਜਾਂਦਾ ਨਾ ਜਿੱਦਾਂ ਤੁਹਾਡਾ ਨੇਚਰ ਆ ਜਾਂ ਹਲਕਾ ਜਿਹਾ 10% ਮੇਰਾ ਲਾ ਲਓ ਆਪਾਂ ਦੁਨੀਆਂ ਦੇ ਨਾਲ ਹੱਸਦੇ ਖੇਡਦੇ ਰਹਿੰਦੇ ਆ ਜਾਂ ਇੱਦਾਂ ਕਰਦੇ ਰਹਿੰਦੇ ਆ ਉਹ ਸਭ ਨੂੰ ਇੱਦਾਂ ਲੱਗਦਾ ਰਹਿੰਦਾ ਵੀ ਸ਼ਾਇਦ ਇਹਨਾਂ ਨੂੰ ਅਕਲ ਨਹੀਂ ਆ ਨਾ ਵੀ ਇਹ ਬਦਤਮੀਜ਼ ਆ 24 ਘੰਟੇ ਇਹਨਾਂ ਦੀ ਲਾਈਫ 'ਚ ਕੋਈ ਟੈਨਸ਼ਨ ਨਹੀਂ ਆ ਜਾਂ ਕੁਛ ਨਹੀਂ ਆ ਬਟ ਮੈਂ ਆਪਾਂ ਕਿਸੇ ਨੂੰ ਕਹਿਣਾ ਨਹੀਂ ਚਾਹੁੰਦੇ ਬਟ ਰੀਜ਼ਨ ਇਹ ਆ ਕਿ ਸਾਨੂੰ ਸ਼ਾਇਦ ਚੀਜ਼ਾਂ ਤੁਹਾਡੇ ਨਾਲੋਂ ਬੈਟਰ ਹੈਂਡਲ ਕਰਨੀਆਂ ਆਉਂਦੀਆਂ ਮੈਨੂੰ ਆਪ ਕਹਿੰਦੇ ਨੇ ਕਿ ਯਾਰ ਜਿਹੜੀ ਮੈਨੂੰ ਵਧੀਆ ਤਰੀਕੇ ਨਾਲ ਨਹੀਂ ਜਾਣਦੇ ਜਿਹੜੇ ਮੈਨੂੰ ਫਸਟ ਟਾਈਮ ਮਿਲਿਆ ਯਾ ਫਿਰ ਜੀ ਜਿੰਨੀ ਬੱਚੀ ਹੈਗੀ ਓਨੀ ਦਾਦੀ ਅੰਮਾ ਵੀ ਬੈਲੈਂਸ ਹੋਣਾ ਚਾਹੀਦਾ ਬਿਲਕੁਲ ਤੇ ਹਰ ਟਾਈਮ ਜੇ ਮੈਂ ਸੀਰੀਅਸ ਬਣ ਕੇ ਘੁੰਮਦੀ ਰਵਾਂਗੀ ਤੇ ਮੈਨੂੰ ਲੱਗਦਾ ਯਾਰ ਮੈਂ ਨਹੀਂ ਹੋਵਾਂਗੀ ਲਾਈਕ ਆਈ ਐਮ ਬੋਥ ਹਾਂ ਬਿਲਕੁਲ ਤੇ ਮੈਂ ਸਿਚੁਏਸ਼ਨ ਦੇ ਅਕੋਰਡਿੰਗ ਰਿਐਕਟ ਫਿਰ ਗੱਲ ਮਿੱਠੀ ਮਿੱਠੀ ਵੀ ਨਹੀਂ ਨਾ ਹੋਵੇ ਰਾਈਟ ਫਿਰ ਕੋਈ ਹੋਰ ਹੋਵੇ ਉਹਦੇ ਵਿੱਚ ਹਾਂਜੀ ਇਹ ਵੀ ਗੱਲ ਹੈ ਮੈਨੂੰ ਇਹੀ ਜਿਹੜੇ ਉੱਥੇ ਜਿੰਨੇ ਵੀ ਹੈਗੇ ਟੀਮ ਮੈਂਬਰਸ ਆਮ ਟੱਚ ਵੁੱਡ ਬਹੁਤ ਸੋਹਣੀ ਮੈਨੂੰ ਟੀਮ ਮਿਲੀ ਹੋਈ ਹੈ ਵੁੱਡ ਯੈਸ ਤੇ ਉਹ ਸਾਰੇ ਇਹੀ ਗੱਲ ਕਹਿੰਦੇ ਕਿ ਰੀਤ ਜਿਹੜਾ ਕਰੈਕਟਰ ਹੈ ਨਾ ਇਹ ਕੋਈ ਹੋਰ ਸ਼ਾਇਦ ਨਹੀਂ ਬੈਟਰ ਕਰ ਸਕਦਾ ਸੀ ਯਾਸਮੀ ਬਣੀ ਇਹਦੇ ਲਈ ਹੈ ਤੇ ਬਹੁਤ ਵੱਡੀ ਮੈਨੂੰ ਚੀਜ਼ ਲੱਗੀ ਸੀ ਕਿ ਤੁਸੀਂ ਮੰਨਦੇ ਹੋ ਤੇ ਆਈ ਟੋਟਲੀ ਫੀਲ ਲਾਈਕ ਆਈ ਐਮ ਵੈਰੀ ਥੈਂਕਫੁਲ ਮੈਨੂੰ ਇਹ ਚੀਜ਼ ਮਿਲੀ ਹੈ ਤੇ ਤੁਸੀਂ ਮੇਰੇ ਨੇਚਰ ਨੂੰ ਇੰਨਾ ਪਿਆਰ ਦਿੰਦੇ ਹੋ ਜੈਸਮੀਨ ਵੈਸੇ ਤਾਂ ਚਾਹੇ ਮੁੰਡਾ ਹੋਵੇ ਕੁੜੀ ਹੋਵੇ ਪੇਰੈਂਟਸ ਦਾ ਬਹੁਤ ਵੱਡਾ ਰੋਲ ਹੁੰਦਾ ਉਹਨਾਂ ਦੀ ਲਾਈਫ ਦੇ ਵਿੱਚ ਹੈ ਨਾ ਕੋਈ ਵੀ ਹੈ ਨਾ ਬਟ ਜਦੋਂ ਆਪਾਂ ਐਕਟਿੰਗ ਫੀਲਡ 'ਚ ਖਾਸ ਕਰਕੇ ਜਿੰਨਾ ਕੁ ਮੈਨੂੰ ਸੁਣਨ 'ਚ ਮਿਲਦਾ ਵੀ ਕੁੜੀਆਂ ਦੇ ਲਈ ਤਾਂ ਬਹੁਤ ਜ਼ਿਆਦਾ ਵੱਡੀ ਚੀਜ਼ ਹੋ ਜਾਂਦੀ ਹੈ ਹੈ ਨਾ ਵੀ ਅਸੀਂ ਇਹ ਚੀਜ਼ ਕਰਨਾ ਉਹਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ ਕੁੜੀਆਂ ਦੇ ਲਈ ਹੋ ਵੀ ਜਾਂਦੀ ਹੈ ਮੇਰਾ ਮੰਨਣਾ ਇੱਥੇ ਆ ਦੋਨਾਂ ਦੇ ਲਈ ਹੈ ਬਿਕੋਜ਼ ਫੈਮਿਲੀ ਵੀ ਮੈਟਰ ਕਰਦੀ ਹੈ ਸਰਾਊਂਡਿੰਗਸ ਮੈਟਰ ਕਰਦੀ ਹੈ ਤੁਸੀਂ ਕਿਹੜੇ ਸਰਾਊਂਡਿੰਗ 'ਚ ਪਲ ਰਹੇ ਹੋ ਅਤੇ ਤੁਹਾਡਾ ਸਰਕਲ ਕਿਵੇਂ ਦਾ ਰਹੇ ਹੈ ਰਾਈਟ ਉੱਥੋਂ ਤੁਸੀਂ ਕੋਈ ਚੀਜ਼ ਸੋਚ ਰਹੇ ਹੋ ਆਊਟ ਆਫ ਦਾ ਬੋਕਸ ਸਾਰੇ ਇੰਜੀਨੀਅਰ ਬਣ ਰਿਹਾ ਕੋਈ ਡਾਕਟਰ ਬਣ ਰਿਹਾ ਕੋਈ CA ਕੀ ਲਾਈਨ ਪਕੜੀ ਹੋਈ ਹੈ ਔਰ ਇੱਕ ਬੋਲ ਰਿਹਾ ਕਿ ਯਾਰ ਮੁੰਜੇ ਨਾ ਐਕਟਰ ਬਣਨਾ ਬਿਕੋਜ਼ ਇਟਸ ਅ ਵੈਰੀ ਅਨਸਟੇਬਲ ਬਿਲਕੁਲ ਫੀਲਡ ਅੱਜ ਤੁਸੀਂ ਕੰਮ ਕਰ ਰਹੇ ਹੋ ਕੱਲ ਸ਼ਾਇਦ ਤੁਸੀਂ ਕੁਛ ਨਹੀਂ ਕਰੋਗੇ ਤੇ ਇਸੇ ਡਰ ਦੇ ਚੱਕਰ 'ਚ ਫੈਮਿਲੀ ਵਾਲੇ ਛੇਤੀ ਸਪੋਰਟ ਨਹੀਂ ਕਰਦੇ ਜਿਹੜਾ ਮੈਨੂੰ ਲੱਗਦਾ ਠੀਕ ਹੈ ਬਾਕੀ ਜੇ ਅਦਰ ਆਸਪੈਕਟ ਦੀ ਗੱਲ ਕਰਾਂ ਦੈਟ ਇਜ਼ ਅ ਡਿਫਰੈਂਟ ਬਟ ਮੇਜਰ ਫਾਈਨੈਂਸ਼ਲੀ ਹੀ ਸੋਚਦੇ ਨੇ ਕਿਉਂਕਿ ਬਾਕੀ ਸਾਰਿਆਂ ਦੇ ਵੀ ਛੇਤੀ ਜੋਬ ਲੱਗ ਜੂਗੀ ਉਹਦਾ ਐਕਸਪੋਜ਼ਰ ਮੇ ਵੀ ਥੋੜ੍ਹਾ ਲੇਟ ਆਊਗਾ ਜਾਂ ਫਿਰ ਆਊਗਾ ਨਹੀਂ ਜਾਂ ਫਿਰ ਮਤਲਬ ਇਟ ਵਿਲ ਟੇਕ ਟਾਈਮ ਇੱਦਾਂ ਦਾ ਸੀਨ ਹੁੰਦਾ ਰਹੀ ਗੱਲ ਸਪੋਰਟਿੰਗ ਦੀ ਤੇ ਔਖਾ ਤਾਂ ਹੁੰਦਾ ਸਟਾਰਟਿੰਗ 'ਚ ਰਾਈਟ ਕਿਸੇ ਵੀ ਚੀਜ਼ ਨੂੰ ਜੇ ਤੁਸੀਂ ਸ਼ੁਰੂਆਤ ਕਰਨ ਲੱਗੇ ਹੋ ਤਾਂ ਸਟਾਰਟਿੰਗ 'ਚ ਤਾਂ ਸਭ ਨੂੰ ਔਖਾ ਹੀ ਲੱਗਦਾ ਅਤੇ ਐਕਸੈਪਟੈਂਸ ਪਾਵਰ ਬਹੁਤ ਛੇਤੀ ਨਹੀਂ ਆਉਂਦੀ ਫੈਮਿਲੀ ਵੱਲੋਂ ਵੀ ਅਤੇ ਸਰਾਊਂਡਿੰਗਸ ਵੱਲੋਂ ਵੀ ਕੁੜੀਆਂ ਦੀ ਜੇ ਤੁਸੀਂ ਗੱਲ ਕਰਦੇ ਪਏ ਹੋ ਅਤੇ ਜੇ ਤਾਂ ਤੁਹਾਡੀ ਫੈਮਿਲੀ ਜਿਹੜੇ ਮੋਮ ਡੈਡ ਹੈ ਜਾਂ ਫਿਰ ਜਿਨ੍ਹਾਂ ਨਾਲ ਤੁਸੀਂ ਰਹਿੰਦੇ ਹੋ ਜੇ ਤਾਂ ਉਹਨਾਂ ਨੇ ਤੁਹਾਨੂੰ ਕਹਿਤਾ ਕਿ ਨਹੀਂ ਪੁੱਤ ਤੇਰੇ 'ਤੇ ਹੈਗਾ ਸਾਨੂੰ ਭਰੋਸਾ ਫਿਰ ਤਾਂ ਕੋਈ ਚੱਕਰ ਹੀ ਨਹੀਂ ਹੈ ਫਿਰ ਤਾਂ ਤੁਸੀਂ ਕਿਤੇ ਵੀ ਖੜ੍ਹੇ ਹੋ ਜਾਓ ਤੁਹਾਨੂੰ ਪਤਾ ਤੁਹਾਡੇ ਪੇਰੈਂਟਸ ਨੂੰ ਇਹ ਚੀਜ਼ ਪਤਾ ਕੋਈ ਇਸ਼ੂ ਨਹੀਂ ਹੈ ਕਰ ਲੈਂਦੇ ਹਾਂ ਪਰ ਜਿੱਥੇ ਨਹੀਂ ਪਤਾ ਹੁੰਦਾ ਨਾ ਬੱਚੇ ਕਈ ਵਾਰੀ ਲੁਕੋ ਕੇ ਵੀ ਇਸ ਫੀਲਡ 'ਚ ਕੰਮ ਕਰ ਰਹੇ ਹੁੰਦੇ ਰਾਈਟ
ਉਹਨਾਂ ਨੂੰ ਡਰ ਇਹ ਵੀ ਹੁੰਦਾ ਕਿ ਯਾਰ ਹੁਣੇ ਨਾ ਮੇਰਾ ਪ੍ਰੋਜੈਕਟ ਹੁਣੇ ਨਾ ਮਤਲਬ ਕਿਤੇ ਮੇਰੇ ਫੈਮਿਲੀ ਨੂੰ ਪਤਾ ਲੱਗ ਜਾਵੇ। ਮੈਂ ਜਿਹੜੀ ਚੀਜ਼ ਦੇਖੀ ਹੋਈ ਹੈ ਮੈਂ ਉਹੀ ਦੱਸ ਰਹੀ ਹਾਂ ਕਿ ਇੱਕਦਮ ਨਹੀਂ ਚਾਹ ਰਹੇ ਹੁੰਦੇ ਉਹ ਚਾਹ ਰਹੇ ਹੁੰਦੇ ਕਿ ਥੋੜ੍ਹਾ ਹੋਰ ਟਾਈਮ ਲੈ ਲਈਏ, ਥੋੜ੍ਹਾ ਹੋਰ ਟਾਈਮ ਲੈ ਲਈਏ, ਧੀਰੇ ਮਤਲਬ ਧੀਰੇ ਧੀਰੇ ਕਰਕੇ ਹਮ ਫੈਮਿਲੀ ਕੋ ਬਤਾਏਂਗੇ, ਉਸਕੇ ਬਾਅਦ ਦੇ ਵਿਲ ਐਕਸੈਪਟ। ਬੜਾ ਸੀਰੀਅਸ ਟੌਪਿਕ ਛੇੜ ਰਿਹਾ ਯਾਰ ਆਪਣੇ, ਸਿਆਣੀਆਂ ਗੱਲਾਂ ਕਰੀਆਂ ਸੀ ਬਟ ਚਲੋ ਠੀਕ ਹੈ, ਬਟ ਮੈਨੂੰ ਅੱਛਾ ਲੱਗ ਰਿਹਾ ਡਿਸਕਸ ਕਰਕੇ ਵੀ। ਇਨ ਸ਼ਾਰਟ ਟਰਮ ਕਨਕਲੂਜਨ ਕੀ ਅਗਰ ਮੈਂ ਬਾਤ ਕਰੂੰ ਹੈ ਨਾ, ਇਸ ਲਾਈਨ ਮੇਂ ਲੜਕੇ ਕੇ ਲੀਏ ਵੀ ਲੜਕੀ ਕੇ ਲੀਏ ਵੀ, ਔਰ ਥਰਡ ਮੈਂ ਉਨਕੀ ਵੀ ਬਾਤ ਕਰੂੰਗੀ ਰਾਈਟ, ਥਰਡ ਜੈਂਡਰ ਕੇ ਵੀ ਬਹੁਤ ਇੰਪੋਰਟੈਂਟ ਹੈ ਆਪਕੀ ਜੋ ਫੈਮਿਲੀ ਹੈ ਸਪੋਰਟ ਕਰ ਰਹੀ ਹੈ। ਫੈਮਿਲੀ ਵੀ ਅਗਰ ਨਹੀਂ ਕਰ ਰਹੀ ਤਾਂ ਕੋਈ ਵੀ ਐਸਾ ਇਨਸਾਨ ਜਾਂ ਫਿਰ ਕੋਈ ਵੀ ਆਪਣਾ ਸਰਕਲ ਆਪਕੋ ਸਪੋਰਟ ਕਰ ਰਿਹਾ, ਦੈਟ ਸਪੋਰਟ ਇਜ਼ ਵੈਰੀ ਇੰਪੋਰਟੈਂਟ ਫੋਰ ਅ ਪੁਸ਼, ਇੱਕ ਮੋਟੀਵੇਸ਼ਨ ਕੇ ਲੀਏ ਜ਼ਰੂਰੀ ਹੋਤਾ ਹੀ ਹੈ, ਔਰ ਅਗਰ ਵੋ ਮਿਲਾ ਹੋਇਆ ਫਿਰ ਤੋ ਯੂ ਕੈਨ ਡੂ ਐਨੀਥਿੰਗ। ਜਦੋਂ ਨਾ ਕੁੜੀਆਂ ਮਿਲਦੀਆਂ ਸਾਨੂੰ ਇਸ ਫੀਲਡ ਦੇ ਵਿੱਚ, ਤੁਸੀਂ ਤਾਂ ਚਲੋ ਹਜੇ ਅਨਮੈਰਿਡ ਹੋ, ਉਹ ਕਹਿੰਦੀਆਂ ਵੀ ਸਾਨੂੰ ਥੋੜ੍ਹੀ ਟੈਨਸ਼ਨ ਹੈ ਵੀ ਅਸੀਂ 4-5 ਸਾਲ ਲਾ ਕੇ ਹਾਰਡ ਵਰਕ ਕਰਕੇ, ਇਟਸ ਅ ਲੋਟ ਆਫ ਹਾਰਡ ਵਰਕ ਇਸ ਫੀਲਡ 'ਚ, ਕੋਈ ਮੰਨਦਾ ਨਹੀਂ ਵੈਸੇ ਨਾ ਗੱਲ ਨੂੰ, ਬਟ ਆਪਾਂ ਨੂੰ ਪਤਾ ਵੀ ਬਹੁਤ ਜ਼ਿਆਦਾ ਹਾਰਡ ਵਰਕ ਹੁੰਦਾ ਇਸ ਫੀਲਡ ਦੇ ਵਿੱਚ ਵੀ। ਉਹ ਵੀ ਕਹਿੰਦੀ ਸਾਡਾ ਸਭ ਤੋਂ ਵੱਡਾ ਡਰ ਇਹ ਹੁੰਦਾ ਵੀ ਸਾਡਾ ਵਿਆਹ ਤਾਂ ਹੋਣਾ ਹੀ ਆ ਇੱਕ ਦਿਨ, ਹੈ ਨਾ, ਵੀ ਵਿਆਹ ਤੋਂ ਬਾਅਦ ਜੇ ਉਹਨੇ ਸਾਨੂੰ ਕੰਮ ਨਾ ਕਰਨ ਦਿੱਤਾ ਤਾਂ ਇਸ ਕਰਕੇ ਉਹ ਪੈਰੇ ਨਹੀਂ ਪੱਟਦੀਆਂ ਵੀ ਯਾਰ ਕੀ ਹੋਜੂਗਾ, ਹੈ ਨਾ। ਮਤਲਬ ਇਹ ਮੋਸਟਲੀ 80% ਕੁੜੀਆਂ ਦੀ ਇਨਸਕਿਉਰਟੀਜ਼ ਇਹੀ ਆ ਵੀ ਉਹੀ ਟਾਈਮ ਹੁੰਦਾ ਜਦੋਂ ਅਸੀਂ ਆਪਣੇ ਕੈਰੀਅਰ ਦੀ ਪੀਕ 'ਤੇ ਵੀ ਹੁੰਦੇ ਹਾਂ, ਉਹੀ ਟਾਈਮ ਹੁੰਦਾ ਵੀ ਹੁਣ ਵਿਆਹ ਕਰਾ ਲਓ ਵਿਆਹ ਕਰ ਲਓ ਵਿਆਹ ਕਰ ਲਓ ਵਿਆਹ ਕਰਾ ਲਓ, ਅਤੇ ਅਸੀਂ ਉਹਦੇ ਵਿੱਚ ਫਸ ਜਾਂਦੇ ਹਾਂ। ਤੁਹਾਡੀ ਇਹ ਗੱਲ ਸੁਣ ਕੇ ਮੈਨੂੰ ਉਹ ਪੇਰੈਂਟਸ ਵਾਲਾ ਪੁਆਇੰਟ ਵੀ ਹੁਣ ਮਤਲਬ ਇੱਕ ਐਡ ਔਨ ਕਰੂੰਗੀ ਕਿ ਉਹਨਾਂ ਦਾ ਮੇਨ ਪੁਆਇੰਟ ਇਹ ਵੀ ਹੁੰਦਾ ਕਿ ਜਿਹੜੀ ਦੂਜੀ ਫੈਮਿਲੀ 'ਚ ਤੁਸੀਂ ਵਿਆਹੀ ਜਾਓਗੇ ਉਹ ਤੁਹਾਨੂੰ ਐਕਸੈਪਟ ਨਹੀਂ ਕਰਨਗੇ, ਇਹ ਵੀ ਰੀਜ਼ਨ ਹੁੰਦਾ ਜਿਹਦੇ ਕਰਕੇ ਉਹ ਲੜਕੀ ਮਤਲਬ ਕੁੜੀਆਂ ਨੂੰ ਆਪਣੀਆਂ ਮਤਲਬ ਨਹੀਂ ਦਿੰਦੇ ਇੰਨੀ ਐਕਸੈਪਟੈਂਸ ਕਿ ਤੁਸੀਂ ਇਸ ਫੀਲਡ 'ਚ ਕੰਮ ਕਰੋ। ਓਕੇ ਯਾਰ ਇਹ ਚੀਜ਼ ਹੈ ਵੀ, ਬਟ ਇਹਦੀ ਜੇ ਮੈਂ ਸੋਲਿਊਸ਼ਨ ਦੀ ਗੱਲ ਕਰਾਂ ਕੰਕਲੂਜਨ ਦੀ ਗੱਲ ਕਰਾਂ ਤਾਂ ਤੁਸੀਂ ਆਫਕੋਰਸ ਜੇ ਤੁਸੀਂ ਆਪਣੇ 5 ਸਾਲ ਕਰੀਅਰ ਨੂੰ ਦੇ ਰਹੇ ਹੋ 6 ਸਾਲ ਕਰੀਅਰ ਨੂੰ ਦੇ ਰਹੇ ਹੋ ਰਾਈਟ, ਉਹਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਬਿਲਕੁਲ, ਜੇ ਹੋ ਰਹੀ ਹੈ ਤਾਂ ਪਹਿਲਾਂ ਕਲੀਅਰ ਆਊਟ ਕਰੋ, ਇਹ ਤਾਂ ਜ਼ਾਹਿਰ ਜਿਹੀ ਗੱਲ ਹੈ ਯਾਰ। ਜੇ ਤੁਸੀਂ ਕੋਈ ਰਿਲੇਸ਼ਨਸ਼ਿਪ ਵਰਕਆਊਟ ਕਰਨਾ ਜਾਂ ਫਿਰ ਤੁਸੀਂ ਆਪਣੀ ਕਿਸੇ ਲਾਈਫ ਸਟਾਰਟ ਅੱਗੇ ਕਿਸੇ ਨਾਲ ਚਲਾਉਣ ਬਾਰੇ ਤੁਸੀਂ ਸੋਚ ਰਹੇ ਹੋ, ਮਤਲਬ ਫੈਮਿਲੀ ਦੀ ਗੱਲ ਕਰ ਰਹੀ ਹਾਂ ਮੈਂ, ਰਿਲੇਸ਼ਨਸ਼ਿਪ ਚਲੋ ਠੀਕ ਹੈ ਬਟ ਉਹ ਤੋਂ ਬਾਅਦ ਜੇ ਤੁਸੀਂ ਫੈਮਿਲੀ ਦੀ ਵੀ ਗੱਲ ਕਰ ਰਹੇ ਹੋ ਤੇ ਉੱਥੇ ਪਹਿਲਾਂ ਹੀ ਗੱਲ ਕਰਕੇ ਰੱਖੋ। ਪਰ ਕਹਿਣ ਦਾ ਮਤਲਬ ਜਿਹੜੀ ਨਾ ਗੱਲ ਮੋਸਟਲੀ ਕਰਦੇ ਹਾਂ ਇਹ ਆਪਾਂ ਤੁਸੀਂ ਥੋੜ੍ਹੀ ਕਰ ਰਹੇ ਹੋ ਵੀ ਸ਼ਹਿਰ ਦਾ ਮਾਹੌਲ ਰੱਖ ਲਓ ਜਾਂ ਕਿਤੇ ਰੱਖ ਲਓ, ਆਪਾਂ ਜੇ ਗੱਲ ਕਰੀਏ ਵੀ ਡੀਪਲੀ ਪਿੰਡਾਂ ਦੀਆਂ ਕੁੜੀਆਂ ਵੀ ਹੈਗੀਆਂ ਨਾ ਕਿਤੇ ਨਾ ਕਿਤੇ, ਹੁਣ ਹਰ ਜਗ੍ਹਾ ਕਿਤੇ ਤਾਂ ਫਰੀਡਮ ਇੱਦਾਂ ਦੀ ਵੀ ਹੈਗੀ ਹੈ, ਮੋਸਟਲੀ 50% ਆਇਆ ਜਿੱਥੇ ਤੋਂ ਆਪਣਾ ਪੁਆਇੰਟ ਵੀ ਨਹੀਂ ਰੱਖ ਸਕਦੀਆਂ ਕੁੜੀਆਂ, ਇੱਦਾਂ ਦਾ ਵੀ ਏਰੀਆਜ਼ ਹੈ ਆਪਣੇ ਪੰਜਾਬ 'ਚ ਹੀ। ਮਤਲਬ ਤੁਸੀਂ ਮੈਂ ਕਹਿੰਦਾ 50% ਦੇ ਬਹੁਤ ਵੱਡੀ ਰੇਸ਼ੋ ਆ ਵੀ, ਜਿੱਦਾਂ ਆਪਾਂ ਤਾਂ ਤੁਸੀਂ ਆਪਣੇ ਫਾਦਰ ਸਾਨੂੰ ਡਾਇਰੈਕਟਲੀ ਕਹਿ ਸਕਦੇ ਵੀ ਜਿਹੜੀ ਮੈਂ ਇੱਥੇ ਚੱਲੀ ਹਾਂ ਜਾਂ ਆਹ ਕਰਨਾ ਜੋ ਕਰਨਾ, ਉਹ ਕੁੜੀਆਂ ਦੀ ਤਾਂ ਸਾਰੀ ਜ਼ਿੰਦਗੀ ਇੱਥੇ ਲੰਘ ਜਾਂਦੀ ਵੀ ਯਾਰ ਮੈਂ ਡੈਡੀ ਨੂੰ ਕਹਾਂ, ਪਹਿਲਾਂ ਫਿਰ ਡੈਡੀ ਤੋਂ ਡਰਦੀ ਦੀ ਲੰਘ ਜਾਂਦੀ ਹੈ, ਮੁੜ ਕੇ ਉਹਦੇ ਆਪਣੇ ਹਸਬੈਂਡ ਤੋਂ ਡਰਦੀ ਲੰਘ ਜਾਂਦੀ ਆ, ਮੁੜ ਕੇ ਉਹਦੇ ਬੱਚਿਆਂ ਦੇ ਡਰਦੇ ਦੀ ਲੰਘ ਜਾਂਦੀ ਹੈ, ਇੱਦਾਂ ਦੀਆਂ ਵੀ ਮੈਂ ਹੈ ਮੈਂ ਵੀ ਦੇਖੀਆਂ ਇਹ ਚੀਜ਼ਾਂ ਜਿਹੜੀ ਇਸ ਫੀਲਡ 'ਚ ਹੋਣਗੀਆਂ। ਆਈ ਗੈਸ ਉਹ ਇੰਨੀ ਸ਼ਾਈ ਨੇਚਰ ਦੀ ਨਹੀਂ ਹੋਣਗੀਆਂ, ਮਤਲਬ ਇੰਨੀ ਵੋਕਲ ਤਾਂ ਹੋਣਗੀਆਂ ਕਿ ਕਿਸੇ ਨਾ ਕਿਸੇ ਨੂੰ ਉਹ ਦੱਸ ਸਕੀਏ। ਅਤੇ ਜੇ ਰਾਈਟ ਪਾਰਟਨਰ ਦੀ ਤੁਸੀਂ ਗੱਲ ਕਰ ਰਹੇ ਹੋ, ਫੈਮਿਲੀ ਚਲਾਉਣ ਦੀ ਗੱਲ ਕਰ ਰਹੇ ਹੋ, ਤਾਂ ਭਾਵੇਂ ਤੁਸੀਂ ਫੈਮਿਲੀ ਨਾਲ ਨਾ ਸੀ ਉਹਦੇ ਨਾਲ ਤਾਂ ਤੁਸੀਂ ਐਟਲੀਸਟ ਡਿਸਕਸ ਕਰ ਹੀ ਸਕਦੇ ਹੋ, ਉਹਦੀ ਰਜ਼ਾਮੰਦੀ ਬਹੁਤ ਜ਼ਰੂਰੀ ਹੈ, ਉਹਦੀ ਜ਼ਰੂਰੀ ਹੈ ਕਿਉਂਕਿ ਤੁਸੀਂ ਦੋਨਾਂ ਦਾ ਹੀ ਹੈਗਾ ਮੇਨ ਰੋਲ ਤੁਹਾਡੀ ਫੈਮਿਲੀ ਨੂੰ ਸਟਾਰਟ ਕਰਨ 'ਚ। ਜੇ ਤੁਹਾਡੇ ਆਪਸ 'ਚ ਹੀ ਬੋਂਡ ਨਹੀਂ ਹੋਊਗਾ, ਅੰਡਰਸਟੈਂਡਿੰਗ ਨਹੀਂ ਹੋਊਗੀ, ਤਾਂ ਆਈ ਡੋਂਟ ਥਿੰਕ ਸੋ ਕਿ ਬਾਕੀ ਫੈਮਿਲੀ ਮੈਂਬਰਸ ਕੀ ਸੋਚ ਰਹੇ ਕੀ ਨਹੀਂ ਸੋਚ ਰਹੇ ਉਹਦੇ ਨਾਲ ਤੁਹਾਨੂੰ ਕੁਛ ਫਰਕ ਪਾਊਗਾ। ਅਤੇ ਉਸ ਟਾਈਮ ਡੈਡੀ ਨੇ ਮੈਨੂੰ ਮਨਾ ਕਰਤਾ ਸੀ, ਉਹਨਾਂ ਨੇ ਕਿਹਾ ਕਿ ਨਹੀਂ ਪੁੱਤ ਮੈਂ ਚਾਹੁੰਦਾ ਤੂੰ ਆਪਣੇ ਬਾਕੀ ਕੁਆਲਿਟੀਜ਼ ਹੈਗੀਆਂ ਉਹਨੂੰ ਤੂੰ ਪੋਲਿਸ਼ ਕਰ, ਬਿਕੋਜ਼ ਹੀ ਸਮਵੇਅਰ ਫੈਲਟ ਲਾਈਕ ਕਿ ਇਹਦੇ ਅੰਦਰ ਹੈਗੀ ਕੁਛ ਕੁਆਲਿਟੀਜ਼। ਮਤਲਬ ਆਈ ਵਾਜ਼ ਵੈਰੀ ਵੋਕਲ ਐਟ ਦੈਟ ਟਾਈਮ ਐਜ਼ ਵੈਲ, ਮੈਨੂੰ ਐਂਕਰਿੰਗ ਦਾ ਬਹੁਤ ਸ਼ੌਕ ਸੀ, ਐਕਟਿੰਗ ਕਦੇ ਕਦੇ ਸਿੰਗਿੰਗ ਵੀ, ਇਹ ਸਾਰੀਆਂ ਚੀਜ਼ਾਂ ਮੈਂ ਕਰਦੀ ਸੀ ਪਹਿਲੇ ਬਚਪਨ 'ਚ ਬਹੁਤ ਜ਼ਿਆਦਾ। ਅਤੇ ਉਹਨਾਂ ਨੇ ਜਦ ਇਹ ਚੀਜ਼ ਮੇਰੇ ਅੰਦਰ ਪਰਖੀ ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਆਰਟਸ ਕਰ ਐਂਡ ਸਾਈਡ ਬਾਏ ਸਾਈਡ ਜਿਹੜੀ ਹੋਰ ਤੈਨੂੰ ਚੀਜ਼ਾਂ ਚਾਹੀਦੀਆਂ ਨੇ ਉਹ ਤੂੰ ਕਰ ਲਓ। ਆਈ ਡਿਡ ਦੈਟ ਐਂਡ ਲੇਟਰ ਔਨ ਉਹ ਕਰਦੇ 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 ਮੈਨੂੰ ਆਪ ਨੂੰ ਨਹੀਂ ਪਤਾ ਲੱਗਿਆ ਕਿ ਕਿੱਦਾਂ ਚੀਜ਼ਾਂ ਸ਼ੁਰੂ ਹੋਣਗੀਆਂ। ਓਕੇ ਰਾਈਟ, ਬਟ ਡੈਡੀ ਮੈਨੂੰ ਸਟਾਰਟਿੰਗ ਤੋਂ ਬਹੁਤ ਸਪੋਰਟ ਕਰਦੇ ਸੀ ਮੇਰੀ ਹਰ ਇੱਕ ਐਕਟੀਵਿਟੀ ਦੀ। ਓਕੇ, ਜਿੱਥੇ ਵੀ ਜਾਂਦੀ ਸੀ ਮਤਲਬ ਉਹ ਹੁੰਦੀ ਸੀ ਇਹ ਚੀਜ਼, ਮਤਲਬ
ਹੈਗਾ ਉਹ ਬਾਬਾ ਜੀ ਦਾ ਹੱਥ ਕਿ ਉਹ ਕਲਿੱਕ ਹੁੰਦਾ ਸੀ ਕਿ ਮੈਨੂੰ ਅਵਾਰਡ ਮਿਲਦਾ ਹੀ ਮਿਲਦਾ ਓਕੇ ਠੀਕ ਹੈ ਐਵਰੀਵੇਅਰ ਜਿੱਥੇ ਮੈਂ ਗਈ ਹਾਂ ਓਕੇ ਸੋ ਯੈਸ ਇਹ ਚੀਜ਼ ਜਦ ਡੈਡੀ ਦੇਖ ਰਹੇ ਉਹਨਾਂ ਨੂੰ ਪ੍ਰਾਊਡ ਫੀਲ ਹੋ ਰਿਹਾ ਅਤੇ ਉਹ ਕਿਉਂ ਮੈਨੂੰ ਮਨਾ ਕਰਾਂਗੇ ਜ਼ਾਹਿਰ ਜਿਹੀ ਗੱਲ ਹੈ ਉਹਨਾਂ ਨੂੰ ਟਰੱਸਟ ਹੋ ਗਿਆ ਕਿ ਹਾਂ ਮੇਰੀ ਧੀ ਕਰ ਸਕਦੀ ਹੈ ਤਾਂ ਫਿਰ ਵਾਈ ਵੁੱਡ ਹੀ ਸੇ ਕਿ ਨਹੀਂ ਨਹੀਂ ਮੈਂ ਨਹੀਂ ਇਹਨੂੰ ਅੱਗੇ ਵਧਣ ਦੇਣਾ ਵਾਈ ਪਹਿਲਾਂ ਤੁਸੀਂ ਟਰੱਸਟ ਤਾਂ ਕਰਾਓ ਬਿਲਕੁਲ ਬਿਲਕੁਲ ਸਹੀ ਪੂਰਾ ਭਰੋਸਾ ਹੋ ਗਿਆ ਸੀ ਲੈਸ਼ ਹੈ ਇਹਨੇ ਤਾਂ ਖਲਾਰੇ ਪਾ ਦੇਣੇ ਉਹ ਚੀਜ਼ ਹੋਈ ਫਿਰ ਉਹਨਾਂ ਨੇ ਕਦੇ ਮਨਾ ਹੀ ਨਹੀਂ ਕੀਤਾ ਮਨਾ ਨਹੀਂ ਕੀਤਾ ਨਹੀਂ ਕਦੇ ਵੀ ਨਹੀਂ ਵਧੀਆ ਗੱਲ ਹੈ ਫਿਰ ਮੈਂ ਇਹ ਕਹਿੰਦਾ ਵੀ ਜੇ ਇੱਕ ਅੱਧੀ ਵਾਰੀ ਵੀ ਬੰਦੇ ਨੂੰ ਲੱਗ ਜਾਵੇ ਫਿਰ ਤਾਂ ਹੌਸਲਾ ਜਿਹਾ ਵੀ ਟੁੱਟ ਜਾਂਦਾ ਕਿਤੇ ਨਾ ਕਿਤੋਂ ਘਰਦਿਆਂ ਦਾ ਸਾਥ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੁਣ ਦੂਜਾ ਸਵਾਲ ਲੋ ਕੀ ਸੀ ਜਿਹੜਾ ਤੁਸੀਂ ਆਪਣੇ ਆਪ ਹੀ ਆਨਸਰ ਦੇਣ ਲੱਗੇ ਸੀ ਉਹ ਤੁਸੀਂ ਹੁਣ ਦੇ ਸਕਦੇ ਹੋ ਮੇਰੇ ਕੋ ਨਾ ਇਹ ਆਪਣੇ ਆਪ ਹੀ ਦੇ ਦੋ ਹੁਣ ਆਨਸਰ ਤੁਸੀਂ ਮੈਨੂੰ ਬਾਤ ਕਰਨੀ ਪੜੀ ਆਪਣੇ ਯੈਸ 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 ਮੇਰੇ ਸਕ੍ਰਿਪਟ ਬਣਾ ਕੇ ਦਿਆ ਕਰੇ ਜੀ 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 ਚਲੋ ਚਲੋ ਸ਼ਾਬਾਸ਼ ਮੈਂ ਡੈਡੀ ਨੂੰ ਆਪ ਹੀ ਦੱਸਿਆ ਸੀ ਕਿ ਡੈਡੀ ਮੇਰੀ ਗੱਲ ਚੱਲਦੀ ਪਈ ਆ ਐਂਡ ਯੈਸ ਆਪ ਉੱਚੀ ਬਣਾ ਜਾਂ ਉੱਚੀ ਬਸ ਮੈਂ ਹੋਰ ਨਹੀਂ ਦੱਸਣਾ ਕੁਝ ਨਹੀਂ ਯਾਰ ਅਸੀਂ ਤਾਂ ਪਹਿਲਾਂ ਤਾਂ ਦੱਸ ਰਹੀ ਸੀ ਫਿਰ ਡੈਡੀ ਨੇ ਕੀ ਕਿਹਾ ਜੋ ਤੁਸੀਂ ਕਿਹਾ ਗੱਲ ਚੱਲਦੀ ਪਈ ਆ ਡੈਡੀ ਵਾਸ ਲਾਈਕ ਕਿ ਇਜ਼ ਹੀ ਸਪੋਰਟਿਵ ਹਾਂ ਅੰਗਰੇਜ਼ੀ ਚ ਕਿਹਾ ਡੈਡੀ ਨੇ ਲਾ ਮੇਰੇ ਡੈਡੀ ਜੀ ਅੰਗਰੇਜ਼ੀ ਨਹੀਂ ਮੈਨੂੰ ਪਤਾ ਮੈਂ ਸੁਣੀ ਥੋੜੀ ਚਲੋ ਤੇ ਉਹਨਾਂ ਨੇ ਹੀ ਕਿਹਾ ਕਿ ਪੁੱਤ ਤੈਨੂੰ ਸਪੋਰਟ ਮਿਲ ਜੂ ਠੀਕ ਹਾਂ ਤੇ ਮੈਂ ਕਿਹਾ ਹਾਂਜੀ ਉਹਨਾਂ ਨੂੰ ਪਤਾ ਕਿ ਮੈਂ ਇਸ ਫੀਲਡ 'ਚ ਹਾਂ ਅਤੇ ਉਹ ਵੀ ਇਸੇ ਫੀਲਡ 'ਚ ਹੀ ਹੈ ਵਧੀਆ ਕਰ ਰਹੇ ਨੇ ਅਤੇ ਸਾਈਡ ਓਕੇ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆ ਰਾਈਟ ਅਤੇ ਇਟਸ ਓਕੇ ਮੈਂ ਕਿ ਦੇਖੋ ਕਦੋਂ ਮਿਲਾਉਣਾ ਤੁਸੀਂ ਯਾਰ ਬਾਈ ਵਧੀਆ ਮੈਂ ਦੱਸਦਾ ਨਾ ਸਮੱਸਿਆ ਪਤਾ ਕੀ ਆ ਦੀਪਾ ਬਾਈ ਜਦੋਂ ਨਾ ਇਹ ਅਸੀਂ ਛੋਟੇ ਸੀ ਉਦੋਂ ਸਭ ਤੋਂ ਵੱਡਿਆਂ ਦੇ ਵਿਆਹ ਹੁੰਦੇ ਸੀ ਹੁਣ ਜਦੋਂ ਅਸੀਂ ਵੱਡੇ ਹੋ ਗਏ ਸਭ ਤੋਂ ਛੋਟਿਆਂ ਦੇ ਵਿਆਹ ਹੁਣ ਲੱਭ ਪਏ ਅਸੀਂ ਇੱਥੇ ਕਨਫਿਊਜ਼ ਅੱਜ ਤੱਕ ਵੀ ਸਾਡੀ ਮੰਮੀ ਮੰਨ ਜੂਗੀ ਅਸੀਂ ਨਾ ਚੱਕਰਾਂ ਜੀ ਉਲਝੇ ਫਿਰਦੇ ਹਾਂ ਜੇ ਨਹੀਂ ਠੀਕ ਆ ਚਲੋ ਹਰ ਗੱਲ ਦੀ ਆਪਣੀ ਨਾ ਉਹ ਹੁੰਦੀ ਆ ਫੈਮਿਲੀਜ਼ ਦੀਆਂ ਉਹ ਹੁੰਦੀਆਂ ਮਤਲਬ ਚਲੋ ਠੀਕ ਆਪਾਂ ਕਹਿ ਬਟ ਮੈਨੂੰ ਲੱਗਦਾ ਵੀ ਟਾਈਮ ਆ ਗਿਆ ਵੀ ਹੁਣ ਘਰਦਿਆਂ ਨੂੰ ਬੱਚਿਆਂ ਨਾਲ ਬਹਿ ਕੇ ਗੱਲਾਂ ਕਰ ਲੈਣੀਆਂ ਚਾਹੀਦੀਆਂ ਅੱਗੇ ਹੁਣ ਕਿਉਂਕਿ ਹੁਣ ਸੋਸ਼ਲ ਮੀਡੀਆ ਆ ਗਿਆ ਜੇ ਤੁਸੀਂ ਨਹੀਂ ਗੱਲਾਂ ਕਰੋਗੇ ਬੱਚੇ ਨੇ ਕਿਸੇ ਨੇ ਹੋਰ ਨਾ ਕਰ ਲੈਣੀ ਹੈ ਤੇ ਜਿਹੜਾ ਉਸ ਹਿਸਾਬ ਨਾਲ ਗਾਈਡ ਕਰ ਗਿਆ ਉਹਨੂੰ ਉਹ ਸੋ ਜਾਣਾ ਹੈ ਗਿਆ ਹੁਣ ਦਾ ਜਿਹੜਾ ਮਾਹੌਲ ਹੈਗਾ ਐਂਡ ਮੈਨੂੰ ਲੱਗਦਾ ਕਿ ਜਿੰਨੀ ਤੁਸੀਂ ਅੰਡਰਸਟੈਂਡਿੰਗ ਪੇਰੈਂਟਸ ਨਾਲ ਰੱਖੋਗੇ ਓਨੀ ਤੁਸੀਂ ਲਾਈਫ 'ਚ ਬਹੁਤ ਕਲੈਰਿਟੀ ਨਾਲ ਵਰਤੋਗੇ ਤੇ ਪੇਰੈਂਟਸ ਨੂੰ ਵੀ ਸਟੈਪ ਇਨ ਕਰਨਾ ਪੈਣਾ ਹੁਣ ਵੀ ਚਾਹੇ ਆਪਣੇ ਮੋਸਟਲੀ ਹੁੰਦਾ ਵੀ ਫਾਦਰ ਨਾਲ ਤਾਂ ਕੁੜੀਆਂ ਦੀ ਕਨਵਰਸੇਸ਼ਨ ਹੀ ਨਹੀਂ ਹੁੰਦੀ ਬਹੁਤ ਘੱਟ ਹੁੰਦੀ ਆ ਹਜੇ ਕੋਈ ਗਾਲੀ ਜਿਹੀ ਗੱਲ ਹੋਵੇ ਤਾਂ ਕੁੜੀਆਂ ਮਾੜੀ ਜਿਹੀ ਰਸੋਈ 'ਚ ਰੋਟੀ ਪਕਾਉਂਦੀ ਮੰਮੀ ਨੂੰ ਦੱਸ ਦਿੰਦੀਆਂ ਹਜੇ ਵੀ ਆਹ ਵੀ ਚੱਲ ਰਸੋਈ 'ਚ ਨਿਬੜ ਨੁਬੜ ਜਾਊਗੀ ਜੇ ਕਿਤੇ ਗੱਲੀ ਕੁੜੀਆਂ ਆਪਣੇ ਉੱਦਾਂ ਕੁੜੀਆਂ ਆਪਣੇ ਫਾਦਰ ਸਾਹਿਬ ਦੀਆਂ ਬਹੁਤ ਲਾਡਲੀਆਂ ਹੁੰਦੀਆਂ ਬਟ ਗੱਲ ਨਹੀਂ ਕਰਦੀਆਂ ਇਹ ਹੈ ਨਾ ਸੱਚੀ ਗੱਲ ਤੁਹਾਡੀਆਂ ਵੀ ਹੁਣ ਤੁਸੀਂ ਕਰ ਲੈਂਦੇ ਮੈਨੂੰ ਤੁਹਾਡੀਆਂ ਸਾਰੀਆਂ ਸਹੇਲੀਆਂ ਤਾਂ ਨਹੀਂ ਕਰ ਲੈਂਦੀਆਂ ਹੋਣਗੀਆਂ ਨਹੀਂ ਮੈਨੂੰ ਲੱਗਦਾ ਨਹੀਂ ਮੈਕਸੀਮਮ ਤਾਂ ਨਹੀਂ ਕਰ ਪਾਉਂਦੀਆਂ ਠੀਕ ਹੈ ਪਰ ਮੇਰਾ ਇੱਦਾਂ ਦਾ ਨੇਚਰ ਹੈਗਾ ਮੇਰਾ ਮਤਲਬ ਘਰ 'ਚ ਵੀ ਸਾਰਿਆਂ ਨਾਲ ਵੈਰੀ ਓਪਨ ਆਰਾਮ ਨਾਲ ਗੱਲ ਕਰ ਲੈਂਦੀ ਹਾਂ ਉੱਥੇ ਤਾਂ ਕੋਈ ਇਸ਼ੂ ਨਹੀਂ ਆਉਂਦਾ ਕੋਈ ਹੋਰ ਮੁੱਦੇ ਜੇ ਤੇ ਤੁਸੀਂ ਡਿਸਕਸ ਕਰਨਾ ਚਾਹੋ ਵੀ ਹਾਂ ਵੀ ਇੱਥੇ ਗੱਲ ਕਰਨੀ ਚਾਹੀਦੀ ਹੈ ਕੋਈ ਹੋਰ ਗੱਲਬਾਤ ਕੁਛ ਦਿਲ ਦੇ ਜਜ਼ਬਾਤ ਆ ਲੱਗਦਾ ਸ਼ਾਇਦ ਇਹ ਪੋਡਕਾਸਟ ਕਮਲ ਜੀ ਹੋਸਟ ਕਰ ਰਹੇ ਨੇ ਤੇ ਕਮਲ ਜੀ ਨੂੰ ਕੋਈ ਪੁਆਇੰਟ ਆਪ ਤੋਂ ਹੀ ਉਠਾਉਣਾ ਚਾਹੀਦਾ ਨਹੀਂ ਪੁਆਇੰਟ ਤਾਂ ਦੇਖੋ ਮੇਰੇ ਕੋਲ ਤਾਂ ਜਿੰਨੇ ਮਰਜ਼ੀ ਆਪਾਂ ਕਰੀ ਚੱਲੀਏ ਬਟ ਜਦੋਂ ਨਾ ਮੈਂ ਬੇਸਿਕਲੀ ਪੋਡਕਾਸਟ ਇਸ ਕਰਕੇ ਸ਼ੁਰੂ ਕੀਤਾ ਸੀਗਾ ਵੀ ਮੈਂ ਜਾਣਨਾ ਚਾਹੁੰਦਾ ਵੀ ਬਈ ਮੈਂ ਲਾਈਫ ਨੂੰ ਹੋਰ ਤਰੀਕੇ ਨਾਲ ਦੇਖਦਾ ਹਾਂ ਕਿਉਂਕਿ ਮੇਰੀ ਮੱਤ ਬਹੁਤ ਲੋਕਾਂ ਨਾਲ ਘੱਟ ਮਿਲਦੀ ਆ ਅਤੇ ਵੀ ਮੈਂ ਕਹਿੰਦਾ ਵੀ ਜਦੋਂ ਬਾਕੀ ਬੰਦੇ ਆਉਂਦੇ ਤਾਂ ਹੀ ਇਹਦੇ ਵਿੱਚ ਆਪਾਂ ਗੱਲਾਂ ਥੋੜ੍ਹੀਆਂ ਉਹੋ ਜਿਹੀ ਰੱਖੀ ਦੀਆਂ ਲਾਈਟਲੀ ਜਿਹੀ ਰੱਖੀ ਦੀਆਂ ਵੀ ਬੰਦਾ ਸਕ੍ਰਿਪਟਡ ਜਾਂ ਗੱਲਾਂ ਨਾ ਕਰ ਸਕੇ ਮੈਨੂੰ ਹੁਣ ਇੱਕ ਚੀਜ਼ ਯਾਦ ਆਈ ਤੁਸੀਂ ਜਦ ਕਾਰ 'ਚ ਅਸੀਂ ਆ ਹੀ ਰਹੇ ਸੀ ਨਾਲ ਸਾਡੀ ਕਾਰ 'ਚ ਹਾਂ ਸੱਚ ਹਾਂ ਕੀ ਕਹਿ ਰਹੇ ਸੀ ਤੁਸੀਂ ਇਹ ਚੀਜ਼ ਵੀ ਐਡੀਟਰ ਸਾਹਿਬ ਤੁਸੀਂ ਦੇਖ ਲਿਓ ਕੱਟ ਕਰ ਨਹੀਂ ਨਹੀਂ ਹਾਈਲਾਈਟ ਲਾਇਓ ਬਾਈ ਜੀ ਰਾਜਮਾ ਚਾਵਲ ਖਵਾਇਆ ਅੱਧੀ ਮੱਕੀ ਦੀ ਰੋਟੀ ਖਵਾ ਕੇ ਲੈ ਕੇ ਅੱਧੀ ਮੱਕੀ ਦੀ ਹੋਰ ਅੱਛਾ ਤੇ ਅਸੀਂ ਗੱਲ ਕਰਦੇ ਪਏ ਸੀ ਕਿ ਅਸੀਂ ਕਿੱਥੇ ਲੰਗਰ ਲਾਉਣਾ ਹਾਂ ਸੱਚ ਇਹ ਬਹੁਤ ਵਧੀਆ ਗੱਲ ਹੈ ਮੈਨੂੰ ਹੁਣੇ ਯਾਦ ਆਈ ਜਿਵੇਂ ਤੁਸੀਂ ਹੁਣ ਕਹਿ ਕੇ ਹਟੇ ਸੀ ਨਾ ਕਿ ਬਹੁਤ ਘੱਟ ਲੋਕਾਂ ਨਾਲ ਮਾਈਂਡਸੈਟ ਮੈਚ ਹੁੰਦਾ ਤੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਇਹ ਵੀ ਹਰ ਕੋਈ ਨਹੀਂ ਸੋਚਦਾ ਇਹ ਤੁਸੀਂ ਮੇਰੇ ਨਾਲ ਗੱਲ ਕੀਤੀ ਬਿਕਾਜ਼ ਤੁਹਾਨੂੰ ਕਿਤੇ ਨਾ ਕਿਤੇ ਫੀਲ ਹੋਇਆ ਕਿ ਇੱਥੇ ਰਜ਼ਾਮੰਦੀ ਹੋ ਹਨਾ ਬਿਲਕੁਲ ਇਹ ਚੀਜ਼ ਜੈਨੂਅਨਲੀ ਕਵਾਂ ਤੇ ਮੈਂ ਚਾਹ ਵੀ ਰਹੀ ਸੀ ਬਹੁਤ ਟਾਈਮ ਪਹਿਲਾਂ ਤੋਂ ਮੇਰੇ ਦਾਦੂ ਜੀ ਨੇ ਨਾ ਹੁਣ ਕੱਲ੍ਹ ਪਰਸੋਂ ਦੀ ਗੱਲ ਆ ਉਹਨਾਂ ਨੇ ਗੱਲ ਛੇੜੀ ਸੀ ਉਹ ਪਾਠੀ ਨੇ ਹਨਾ ਤੇ ਹੀ ਵਾਸ ਟੈਲਿੰਗ ਮੀ ਕਿ ਪੁੱਤ ਭਾਵੇਂ ਕੁਛ ਹੋਰ ਕਰੋ ਨਾ ਕਰੋ ਦਾਨ ਪੁੰਨ ਜ਼ਰੂਰ ਕਰੋ ਬਿਲਕੁਲ
ठीक है, वो बहुत जरूरी है लाइफ 'च। तुसी भावें जिन्ना मर्जी काम कर रहे हो, पर जे तुसी दान पुन भी नाल नाल कर रहे हो ना, तुहानू नहीं पता तुहाडे वो चीज़ करके किन्निया दी मतलब लाइफ मतलब जगमगा रही है, जगमगा रही है नाले। मतलब तुहाडे सिर्फ एक डोनेशन नाल ही तुसी ला लो कि किसी का पेट भर रहा है, राइट, ते कोई चज दी नींद सो पा रहा है, तो वो चीज़ मैंने बहुत ज़्यादा पहला भी सी, बट कम करते करते ना कि माइंड तो निकल गई सी, निकल गई सी मतलब या तो हाइड हो गई सी, फिर एकदम कॉन्शियस हुई गल सुन कि नहीं यार दिस इज़ वेरी इंपॉर्टेंट, मतलब मतलब जे हर बंदा अपनी कमाई दे विचों 10% कढ़न लग पवे तां बहुत ज्यादा मैनूं लगदा वी आपां कहिंदे ने वी जिहड़ी गरीबी आ बहुत लोकां दा बेसिक नीड, आपां फूड तां सब नूं मुहैया करवाई सकदे आ लगता है, तो वह मैनू ताडा थॉट वह भी अच्छा लगा सी भी आपां नूं लंगर लाउणा कित्थे है ना, जिदा आपां प्लैन कर रहे सी भी आपां गुरद्वारा साहब लंगर ला लईए है ना, तो गुरद्वारा साहब तो लंगर ऑलरेडी लगा होगा, चलो उत्थे लाउणा चाहिए, पर जैसमीन ने सानूं रिकमेंड किया भी आपां जे कितें होस्पिटल दे बाहर ला लईए, मैनूं इह गल बहुत मतलब टच की भी हाँ भी इह थॉट अच्छा। यह मैं वैसे देखा भी है, दो दिन था अपने चंडीगढ़ च पीजीआई के अगे लगता है उम्मीद चंगी चीज स्टार्ट करांगे, बट हुण मैं गल इह समझ अपनी लाइफ दे विच वी चंगा काम करन दा जां कुछ इदां चीज करन दी कोई उह टाइम नहीं हैगा, जदों तुसीं 100 रुपया कमाउंदे आ उदों तुसीं 2 रुपए दा काम कर दो, तुसीं 1000 कमाउण लग पिया 20 दा कर दो, जदों तुसीं लख कमाउण लग पे 10000 दा कर दो, ਇਹ ਨਾ ਸੋਚੋ ਵੀ ਯਾਰ ਜਦੋਂ ਉਹ ਕਿਉਂਕਿ ਉਹ ਦਿਨ ਮੈਨੂੰ ਲੱਗਦਾ ਸ਼ਾਇਦ ਕਦੇ ਆਉਣਾ ਨਹੀਂ, ਉਹੀ ਹੈ ਨਾ ਕਾਲ ਕਰੇ ਸੋ ਅੱਜ ਕਰ ਅੱਜ ਕਰੇ ਸੋ ਅਬ ਬਿਲਕੁਲ ਉਹ ਵਾਲਾ ਸੀਨ ਹੀ ਹੈ ਔਰ ਇਹ ਜੈਨੂਇਨ ਹੈ ਪੁਆਇੰਟ ਜੋ ਬੋਲ ਰਹੇ ਹੋ ਕਿ ਅਗਰ ਹਮ ਕੱਲ ਕੱਲ ਪੇ ਡਾਲੇਂਗੇ ਤੋ ਨਹੀਂ ਹੋਗੀ ਵੋ ਚੀਜ਼, ਮੈਂ ਵੀ ਇਹ ਚੀਜ਼ ਪਹਿਲੇ ਸੋਚਦੀ ਸੀ ਕਿ ਨਹੀਂ ਯਾਰ ਸ਼ਾਇਦ ਅਭੀ ਰਹਿਣੇ ਦਿੱਤੀ ਹੂੰ ਥੋੜਾ ਟਾਈਮ ਹੈ ਕੱਲ ਕਰ ਲੂੰਗੀ, ਬਟ ਇੱਕ ਦਿਨ ਮੈਨੇ ਮਾਈਂਡਸੈਟ ਬਣਾ ਲਿਆ ਥਾ ਕਿ ਨਹੀਂ ਮੁਝੇ ਨਾ ਪਾਪਾ ਜਾਣਾ ਹੈ, ਮੈਂ ਸ਼ਿਫਟ ਹੋਣੇ ਲੱਗੀ ਹੂੰ और उसके बाद मेरा काम स्टार्ट हो जाएगा, तो मेरे लिए रोज अप डाउन करना थोड़ा मुश्किल होगा, तो मेरे लिए बहुत बड़ी बात थी, मेरी फैमिली में से आज तक किसी ने स्टेप आउट नहीं किया था, बिल्कुल राइट, और वो पापा ने उसमें बहुत बड़ा डिसीजन था क्योंकि मैं कभी उनसे दूर रही नहीं थी, बट फिर भी उन्होंने कहा कि नहीं कुछ करने के लिए ना, मेरे देखो रिस्पेक्ट तो सारे लिए पर उन्होंने बच्चों लिए ना बहुत ज्यादा हो जाती, जिहड़ा ना अपना घर छड के अपने रहन लई जगह लभदे आ, कम लभदे आ, इधर उधर देखदे आ, फिर कमा के घर नूं पैसे भेजदे आ, मतलब अपना घर छड के दूजे शहर च आउणा, उहदियां सड़कां ते घुम्मणा, उहनां दोस्ती पाउणी, मतलब हर एक दे बस दा कम नहीं, हर एक दी बस दी गल नहीं है, सही सही गल है, क्योंकि उह कहिंदे सी ना, उह डायलॉग ही सीगा किसे फिल्म दा, हरभजन मान जी दी फिल्म आ, ਉਹ ਕਹਿੰਦੇ ਵੀ ਪੁੱਤਰਾ ਵੀ ਮਾਂ ਦੇ ਛਾਬੇ ਚੋਂ ਚੱਕ ਕੇ ਰੋਟੀਆਂ ਖਾਣੀਆਂ ਬਹੁਤ ਸੌਖੀਆਂ ਆ, ਜਦੋਂ ਆਪ ਬਣਾਉਣੀਆਂ ਤੇ ਕਮਾਉਣੀਆਂ ਪੈਂਦੀਆਂ ਨਾ ਉਦੋਂ ਪਤਾ ਲੱਗਦਾ, ਉਦੋਂ ਪਤਾ ਲੱਗਦਾ, ਤੇ ਉਹ ਜਿਹੜਾ ਮੈਂ ਸਟੈਪ ਪਹਿਲਾਂ ਸੋਚਿਆ ਸੀ ਉਹ ਜੇ ਮੈਂ ਨਹੀਂ ਕਰਦੀ ਨਾ ਤਾਂ ਸ਼ਾਇਦ ਅੱਜ ਮੈਂ ਇੱਥੇ ਨਾ ਹੁੰਦੀ, ਨਾ ਹੁੰਦੀ ਰਾਈਟ, ਤੇ ਅੱਗੇ ਜਾਣ ਬਾਰੇ ਵੀ ਮੈਂ ਮੇਬੀ ਨਾ ਸੋਚ ਰਹੀ ਹੁੰਦੀ, ਇਹ ਜਦੋਂ ਆਪਾਂ ਲਾਈਫ ਦੇ ਵਿੱਚ ਕੁਛ ਅਚੀਵ ਕਰਦੇ ਹਾਂ ਕੁਛ ਬਹੁਤ ਚੀਜ਼ਾਂ ਮੈਨੂੰ ਲੱਗਦਾ ਪਿੱਛੇ ਛੁੱਟਦੀਆਂ ਵੀ, ਤੁਹਾਨੂੰ ਲੱਗਦਾ ਵੀ ਆਹ ਚੀਜ਼ਾਂ ਛੁੱਟ ਗਈਆਂ ਕਿਤੇ ਨਾ ਕਿਤੇ ਹੁੰਦਾ ਹੈ, ਬਟ ਜਿਹੜੀਆਂ ਤੁਸੀਂ ਥੋੜ੍ਹੀਆਂ ਜਿਹੀ ਸ਼ੇਅਰ ਵੀ ਕਰਨਾ ਚਾਹੋ, ਮਤਲਬ ਇਟਸ ਨੋਟ ਅਬਾਊਟ ਐਨੀ ਪਰਸਨ, ਅਬਾਊਟ ਮਨੀ, ਐਨੀ ਰਿਲੇਸ਼ਨਸ਼ਿਪ, ਮਤਲਬ ਹੋਰ ਵੀ ਕੁਛ ਚੀਜ਼ਾਂ ਲੱਗਦੀਆਂ ਵੀ ਯਾਰ ਜਿੱਦਾਂ ਹੁਣ ਮੈਨੂੰ ਕਲੀਅਰ ਆ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਪਿੱਛੇ ਰਹਿ ਗਈਆਂ, ਪਹਿਲਾਂ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ ਵੀ ਹਾਂ ਵੀ ਆਹ ਆਹ ਚੀਜ਼ਾਂ ਯਾਰ ਜ਼ਿੰਦਗੀ ਦੇ ਵਿੱਚ ਛੁੱਟ ਗਈਆਂ। ਅਤੇ ਰੀਸੈਂਟਲੀ ਹੋਇਆ ਸੀ ਯਾਰ, ਮੇਰੀ ਬੈਸਟ ਫਰੈਂਡ ਹੈ ਉਹਦਾ ਵਿਆਹ, ਮਤਲਬ ਸ਼ੀ ਇਜ਼ ਵੈਰੀ ਕਲੋਜ਼ ਟੂ ਮੀ, ਅਤੇ ਉਹਨੇ ਮੈਨੂੰ ਘੱਟੋ ਘੱਟ 2 ਮਹੀਨਾ ਪਹਿਲਾਂ ਕਹਿਤਾ ਸੀ ਕਿ ਤੂੰ ਆਪਣੀ ਡੇਟ ਕੱਢ ਕੇ ਰੱਖ, ਇਸ ਦਿਨ ਵਿਆਹ ਹੈਗਾ ਮੇਰਾ ਅਤੇ ਤੂੰ ਆਉਣਾ, ਠੀਕ ਹੈ, ਮੈਨੂੰ ਨਹੀਂ ਪਤਾ
ਤੂੰ ਆਉਣਾ ਤੇ ਮੈਨੂੰ ਸੀਗਾ ਕਿ ਹਾਂ ਅਜੇ ਤਾਂ ਹੈਗਾ ਟਾਈਮ ਤੇ ਸਾਡੇ ਫੀਲਡ 'ਚ ਤਾਂ ਤੁਸੀਂ ਇਹ ਲਾ ਲਓ ਕਿ ਹਫ਼ਤੇ ਪਹਿਲੇ ਵੀ ਸਾਨੂੰ ਕੋਈ ਕਹਿੰਦਾ ਤਾਂ ਅਸੀਂ 2 ਦਿਨ ਪਹਿਲਾਂ ਹੀ ਪੂਰਾ ਦੱਸ ਸਕਦੇ ਹਾਂ ਕਿ ਬਿਲਕੁਲ ਭਾਜੀ ਤੁਹਾਨੂੰ ਦੱਸਦੇ ਹਾਂ ਫਿਰ ਥੋੜ੍ਹਾ ਰੁਕ ਜੇ ਤੁਹਾਨੂੰ ਦੱਸਦੇ ਹਾਂ ਉਹ ਤਾਂ 2 ਮਹੀਨੇ ਪਹਿਲਾਂ ਉਹਨੇ ਕਹੀ ਸੀ ਗੱਲ ਜਦ ਇਹ ਚੀਜ਼ ਹੋਈ ਦਿਨ ਨੇੜੇ ਆ ਗਏ ਉੱਥੇ ਉਹਦਾ ਵਿਆਹ ਹੋਣਾ ਸੀ ਇੱਥੇ ਸੀਰੀਅਲ 'ਚ ਮੇਰਾ ਵਿਆਹ ਦਿਖਾ ਰਹੇ ਸੀ ਤੇ ਮੈਂ ਕਿਹਾ ਯਾਰ ਹੁਣ ਤਾਂ ਮਤਲਬ ਬਣ ਹੀ ਨਹੀਂ ਰਿਹਾ ਚਾਂਸ ਕਿ ਮੈਂ ਨਿਕਲ ਕੇ ਆ ਜਾਂ ਉਹਨਾਂ ਨੇ ਸ਼ੁਰੂ ਕਰਨਾ ਸੀ ਸਵੇਰੇ ਨਹੀਂ ਸ਼ਾਮੀ 8-9 ਵਜੇ ਮਤਲਬ ਉੱਥੇ ਹੋ ਜਾਣਾ ਸੀ ਉਹਨਾਂ ਦਾ ਸ਼ੁਰੂ ਪ੍ਰੋਗਰਾਮ ਅਤੇ ਉਹਨੂੰ ਕਿਹਾ ਸੀ ਭਾਵੇਂ 1 ਘੰਟੇ ਲਈ ਆ ਜਾ ਮੇਰਾ ਇੱਥੇ ਕਾਲ ਟਾਈਮ ਸੀ 7 ਵਜੇ ਸਵੇਰੇ ਸ਼ਾਮੀ ਓਕੇ ਤੇ ਜੇ ਸ਼ਾਮੀ ਮੇਰਾ ਕਾਲ ਟਾਈਮ ਆ 7 ਵਜੇ ਦਾ ਤੁਸੀਂ ਲਾ ਲਓ ਵੀ ਸਵੇਰ ਦੇ 4 ਤਾਂ ਵੱਜੂਗੇ ਅੱਛਾ 7 ਤੋਂ 7 ਹੋ ਗਿਆ ਕਿਉਂਕਿ 8 ਦਾ ਤਾਂ ਤੁਸੀਂ ਲਾ ਲਓ ਕਿ 8 ਵਜੇ ਤਾਂ ਕੈਮਰਾ ਰੋਲ ਹਾਂ ਰੋਲ ਹੀ ਹੁੰਦਾ ਤੇ 12 ਘੰਟੇ ਦੇ ਸ਼ਿਫਟ ਤਾਂ ਘੱਟੋ ਘੱਟ 7 ਕਿਉਂਕਿ ਡੇ ਪੂਰਾ ਨਾਈਟ ਸੀਕੁਐਂਸ ਸ਼ੂਟ ਹੋਣਾ ਸੀ ਮੇਰਾ ਤਾਂ ਮਤਲਬ ਚਾਂਸ ਬਣ ਹੀ ਨਹੀਂ ਰਿਹਾ ਸੀ ਕਿ ਮੈਂ ਉੱਥੇ 1 ਘੰਟੇ ਦੀ ਵੀ ਹਾਜ਼ਰੀ ਲਾ ਕੇ ਆ ਜਾਵਾਂ ਨਹੀਂ ਤਾਂ ਮੈਨੂੰ ਮਤਲਬ ਮੈਂ ਸ਼ਾਦੀ ਦੇ ਜੋੜੇ 'ਚ ਵੀ ਜਾ ਨਹੀਂ ਸਕਦੀ ਸੀ ਸੋਹਣਾ ਲੱਗੂਗਾ ਤੂੰ ਕਰ ਦੇ ਉਹਨੂੰ ਵੀ ਸੋਹਣਾ ਲੱਗੂਗਾ ਬਟ ਉਸ ਦਿਨ ਕਿਸਮਤ ਇੰਨੀ ਮਤਲਬ ਵੀਰ ਜੀ ਚੱਲ ਰਹੀ ਸੀ ਉੱਥੇ ਨੈਟਵਰਕ ਹੀ ਨਹੀਂ ਸੀਗੇ ਇੱਕ ਮਤਲਬ ਉਹ ਚੀਜ਼ ਰਹਿ ਗਈ ਮੇਰੇ ਮਨ 'ਚ ਕਿ ਹਾਂ ਕੰਮ ਕਰਕੇ ਬਹੁਤ ਹੀ ਇੱਕ ਇੰਪੋਰਟੈਂਟ ਮੋਮੈਂਟ ਸੀਗਾ ਆਪਾਂ ਨੂੰ ਕਨਵਿੰਸ ਕਰਨਾ ਕਈ ਵਾਰੀ ਕਿਸੇ ਨੂੰ ਸਮਝਾਉਣਾ ਬਹੁਤ ਔਖਾ ਹੋ ਜਾਂਦਾ ਉਹ ਕਹਿੰਦੇ ਵੀ ਯਾਰ ਤੁਸੀਂ ਇੱਡਾ ਕਿਹੜਾ ਉਲਝ ਗਏ ਮੂਹਰੇ ਪਤਾ ਕੀ ਬੰਦੇ ਆਪਣੇ ਯਾਰ ਦੋਸਤ ਕਹਿੰਦੇ ਤੁਸੀਂ ਹੁਣ ਡੀਸੀ ਲੱਗ ਗਏ ਵੀ ਤੁਸੀਂ ਆ ਹੀ ਨਹੀਂ ਸਕਦੇ ਆ ਸਮਝ ਤਾਂ ਗਈ ਸੀ ਏਦਾਂ ਨਹੀਂ ਉਹ ਉਹ ਸਮਝਦਾਰ ਸੀ ਨਾ ਪਰ ਹਾਂ ਕਿਤੇ ਨਾ ਕਿਤੇ ਨਾ ਹੁੰਦਾ ਹੀ ਹੈ ਯਾਰ ਕਿ ਕਰ ਨਹੀਂ ਸਕਦੇ ਸੀ ਯਾਰ ਹਲਕਾ ਸਾ 1-2% ਬਟ ਫੀਲ ਹੁੰਦਾ ਹੀ ਆ ਫੀਲ ਹੁੰਦਾ ਹੀ ਆ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਸੀਗੀਆਂ ਉਹ ਸ਼ੁਕਰ ਹੈ ਮੈਂ ਆਪਣੀ ਕਨਵੋਕੇਸ਼ਨ ਤੇ ਚਲੀ ਗਈ ਉਸ ਦਿਨ ਵੀ ਮੇਰਾ ਕੈਂਸਲ ਹੋਣ ਵਾਲਾ ਸੀ ਤੁਸੀਂ ਕਨਵੋਕੇਸ਼ਨ ਦੀ ਗੱਲ ਮੈਂ ਡਿਗਰੀ ਲੈ ਕੇ ਅੱਜ ਤੱਕ ਆਪਣੀ ਮੈਂ ਡਿਗਰੀ ਲੈਣ ਨਹੀਂ ਗਿਆ ਬਾਈ ਅੱਜ ਤੱਕ ਮੈਨੂੰ ਹੋ ਗਿਆ 4 ਸਾਲ ਹੋ ਗਿਆ ਕਨਵੋਕੇਸ਼ਨ ਦਾ ਬਹੁਤ ਦੂਰ ਦੀ ਗੱਲ ਆ ਕਨਵੋਕੇਸ਼ਨ ਹੋਈ ਨੂੰ ਵੀ ਸਦੀਆਂ ਹੋ ਗਈਆਂ ਸਾਡੀ ਦਾ ਮੈਂ ਡਿਗਰੀ ਲੈਣ ਨਹੀਂ ਗਿਆ ਕਾਲ ਮੈਂ ਤਾਂ ਲੜ ਗਈ ਸੀ ਆਪਣੀ ਸਰ ਨਾਲ ਮੈਂ ਕਿਹਾ ਸਰ ਮੈਂ ਜਾ ਰਹੀ ਹਾਂ ਉਸ ਟਾਈਮ ਤਾਂ ਚਲੋ ਮੇਰਾ ਇਹ ਨਹੀਂ ਸ਼ੁਰੂ ਹੋਇਆ ਸੀ ਦੂਜਾ ਕਰ ਰਹੀ ਸੀ ਤਾਂ ਉਸ ਟਾਈਮ ਮੇਰਾ ਪ੍ਰਾਇਮਰੀ ਕਰੈਕਟਰ ਸੀ ਮੈਂ ਕਿਹਾ ਸਰ ਮੈਂ ਜਾ ਰਹੀ ਹਾਂ ਕਿਉਂ ਕਰਨਾ ਹੈ ਬੱਚੇ ਅੱਛੇ ਤੋਂ ਕਰ ਰਹੇ ਹੋ ਇਸ ਲਾਈਨ ਮੈਂ ਤੂੰ ਕੀ ਕਰਨਾ ਡਿਗਰੀ ਕਾ ਰੱਖਣੀ ਤਾਂ ਹੈ ਮੈਂ ਕਿਹਾ ਮੇਰੇ ਪਾਪਾ ਨੇ ਪੈਸੇ ਲਗਾਏ ਹੈ ਉਹ ਪੜੇ ਆ ਸੀ ਰਾਤਾਂ ਜਾ ਕੇ ਮੈਂ ਕਿਹਾ ਪੜੇ ਆ ਵਾ ਫਿਰ ਔਰ ਸਾਥ ਮੇਂ ਪੈਸੇ ਲਗਾਏ ਮੈਂ ਕਿਹਾ ਕੁਛ ਨਹੀਂ ਬਸ ਉਨਕੋ ਫੋਟੋ ਚਾਹੀਏ ਉਸਨੇ ਕਿ ਹਾਂ ਮੈਨੇ ਕਾਲਾ ਕੋਟ ਪਹਿਨ ਲਿਆ ਔਰ ਇਹ ਏਰੀ ਡਿਗਰੀ ਹੈ ਦੇਖੋ ਤੋ ਮੈਨੇ ਕਿਹਾ ਇੰਪੋਰਟੈਂਟ ਹੈ ਤੋ ਜਾਣਾ ਪੜੇਗਾ ਤੋ ਉਸਨੇ ਮਾਮੀ ਦੇ ਹਾਂ ਜ਼ਬਰਦਸਤ ਕਰਾ ਲਿਆ ਮੈਂ ਤਾਂ ਜਾ ਰਹੀ ਹਾਂ ਇਹ ਜਦੋਂ ਨਾ ਕਿਸੇ ਵੀ ਫੀਲਡ 'ਚ ਆਪਾਂ ਸਕਸੈਸਫੁਲ ਹੋ ਜਾਂਦੇ ਜਾਂ ਕਰਨ ਲੱਗ ਪੈਂਦੇ ਇੱਥੇ ਮੈਨੂੰ ਗੱਲ ਯਾਦ ਆਈ ਆ ਆਪਾਂ ਐਜੂਕੇਸ਼ਨ ਨੂੰ ਕਿਤੇ ਨਾ ਕਿਤੇ ਸਕਿੱਪ ਕਰ ਦਿੰਦੇ ਹਾਂ ਬਟ ਮੈਨੂੰ ਲੱਗਦਾ ਵੀ ਐਜੂਕੇਸ਼ਨ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਕਿਉਂਕਿ ਐਜੂਕੇਸ਼ਨ ਮਤਲਬ ਇਜ਼ ਨਾਟ ਵੀ ਡਿਗਰੀ ਲੈਣਾ ਨਹੀਂ ਹੈਗਾ ਹੋਰ ਵੀ ਬਹੁਤ ਚੀਜ਼ਾਂ ਸਿੱਖਦੇ ਆਪਾਂ ਪੜ੍ਹਦੇ ਪੜ੍ਹਦੇ ਯਾਰ ਆਫ ਕੋਰਸ ਐਜ਼ ਐਨ ਐਕਟਰ ਜੇ ਮੈਂ ਗੱਲ ਕਰਾਂ ਤੇ ਨੌਲੇਜ ਇਜ਼ ਐਵਰੀਥਿੰਗ ਨਾਟ ਲਾਈਕ ਸਿਰਫ ਐਕਟਰ ਦੀ ਗੱਲ ਵੈਸੇ ਨੌਲੇਜ ਇਜ਼ ਐਵਰੀਥਿੰਗ ਸਮਵੇਅਰ ਕਿਉਂਕਿ ਸਾਨੂੰ ਕੋਈ ਵੀ ਕਰੈਕਟਰ ਮਿਲ ਸਕਦਾ ਤੇ ਬੇਸਿਕ ਤਾਂ ਤੁਹਾਨੂੰ ਮਤਲਬ ਬੇਸਿਕ ਤਾਂ ਹੋਣਾ ਚਾਹੀਦਾ ਮਤਲਬ ਬੇਸਿਕ ਮਤਲਬ +1 +2 ਤੱਕ ਤਾਂ ਤੁਹਾਨੂੰ ਪਤਾ ਹੀ ਹੋਣਾ ਚਾਹੀਦਾ ਜਿੱਦਾਂ ਮਤਲਬ ਮੈਂ ਗੱਲ ਕਰਾਂ ਕੋਈ ਵੀ ਕਰੈਕਟਰ ਜੇ ਤੁਹਾਨੂੰ ਮਿਲ ਵੀ ਰਿਹਾ ਤਾਂ ਉਹ ਤੁਹਾਨੂੰ ਹੈਲਪ ਕਰੂਗਾ ਕਿਤੇ ਨਾ ਕਿਤੇ ਜਿਹੜੀ ਨੌਲੇਜ ਤੁਸੀਂ ਪਹਿਲੀ ਲੈ ਚੁੱਕੇ ਹੋ ਬਚਪਨ 'ਚ ਆਪਣੇ ਯੰਗ ਏਜ 'ਚ ਉਹ ਤੁਹਾਨੂੰ ਹੈਲਪ ਕਰੂਗਾ ਹੀ ਕਰੇਗਾ ਕਰੈਕਟਰ ਬਰੀਫ 'ਚ ਉਹਦੇ ਅੰਦਰ ਹੋਰ ਡਿਟੇਲਿੰਗ ਜੇ ਤੁਸੀਂ ਪਾਉਣ ਜਾ ਰਹੇ ਹੋ ਹੈਲਪ ਕਰੂਗਾ ਕਿਹੜੀ ਫੀਲਡ 'ਚ ਬਿਲੋਂਗ ਕਰਦਾ ਫਿਰ ਉਹੀ ਆਉਂਦਾ ਨਾ ਐਟ ਦੀ ਐਂਡ ਕਿ ਕਿਹੜੀ ਫੀਲਡ 'ਚ ਬਿਲੋਂਗ ਕਰਦਾ ਫਿਰ ਉਹ ਕਿੱਥੋਂ ਪਤਾ ਲੱਗੂਗਾ ਜੇ ਤੁਸੀਂ ਨਹੀਂ ਤਾਂ ਤੁਹਾਡਾ ਦੋਸਤ ਤਾਂ ਹੋਊਗਾ ਬਿਲਕੁਲ ਤੁਸੀਂ ਉਹਦੇ ਤੋਂ ਪੁੱਛੋਗੇ ਨਾ ਕਿ ਹਾਂ ਬ੍ਰੋ ਦੱਸ ਮੈਨੂੰ ਕੀ ਕੀਤਾ ਤੂੰ ਹਨਾ ਦੈਟ ਇਜ਼ ਇੰਪੋਰਟੈਂਟ ਇਹ ਜਦੋਂ ਨਾ ਆਪਾਂ ਮੈਨੂੰ ਇੱਦਾਂ ਲੱਗਦਾ ਵੀ ਜਦੋਂ ਆਪਾਂ ਹੈ ਨਾ ਇਹ ਟੀਨੇਜ ਤੋਂ ਥੋੜ੍ਹਾ ਉੱਧਰ ਆਉਂਦੇ ਹਾਂ ਮਤਲਬ ਵੱਡੇ ਹੋਣ ਲੱਗ ਪੈਂਦੇ ਹਾਂ ਉਦੋਂ ਸ਼ਾਇਦ ਆਪਾਂ ਨੂੰ ਇੱਕ ਪਰਸਨ ਚਾਹੀਦਾ ਹੁੰਦਾ ਵੀ ਜਿਹੜਾ ਬਾਂਹ ਫੜ ਕੇ ਆਪਾਂ ਨੂੰ ਥੋੜ੍ਹਾ ਜਿਹਾ
ਸਿੱਧਾ ਕਰ ਦੇਵੇ, ਕਿਉਂਕਿ ਉਹ ਏਜ ਇੱਦਾਂ ਦੀ ਹੁੰਦੀ ਹੈ ਨਾ 19-20 ਤੇ ਆ, ਹੁਣ ਤਾਂ ਮੈਨੂੰ ਲੱਗਦਾ 16-17 ਤੇ ਹੋ ਗਈ ਹੋਣੀ ਇਹ ਚੀਜ਼, ਹੁਣ ਜਨਰੇਸ਼ਨ ਬਹੁਤ ਐਡਵਾਂਸ ਹੋ ਗਈ ਆ, ਉਦੋਂ ਮੈਨੂੰ ਲੱਗਦਾ ਆਪਾਂ ਨੂੰ ਉਦੋਂ ਇੱਕ ਪਰਸਨ ਦੀ ਜ਼ਰੂਰਤ ਜ਼ਰੂਰ ਹੁੰਦੀ, ਚਾਹੇ ਆਪਣਾ ਫਾਦਰ ਹੋਵੇ, ਚਾਹੇ ਕੋਈ ਟੀਚਰ ਹੋਵੇ, ਚਾਹੇ ਦੋਸਤ ਹੋਵੇ, ਸਹੀ ਸੰਗਤ ਹੋਣੀ ਚਾਹੀਦੀ ਹੈ, ਬਹੁਤ ਜ਼ਰੂਰੀ ਹੈ। ਫਿਰ ਉਹ ਇੱਕ ਦੋ ਤਿੰਨ ਦੱਸੋ, ਬਟ ਉਹ ਸਹੀ ਹੋਣੀ ਚਾਹੀਦੀ ਹੈ, ਉਹ ਐਸਾ ਮੈਨੂੰ ਲੱਗਦਾ ਹੈ, ਰਾਈਟ। ਔਰ ਅਗਰ ਉਹ ਤੋਂ ਮਿਲ ਗਏ ਤਾਂ ਮੈਂ ਉਸ ਟਾਈਮ 'ਤੇ ਸਹੀ, ਤਬ ਤੋਂ ਫਿਰ ਜਿੰਨਾ ਕਿ ਮੈਂ ਤੁਹਾਨੂੰ ਦੇਖਿਆ ਵੀ ਮੋਸਟਲੀ ਮੈਨੂੰ ਲੱਗਦਾ ਨਹੀਂ ਤੁਹਾਡੀ ਕਿਸੇ ਨਾਲ ਜ਼ਿਆਦਾ ਦੋਸਤੀ ਹੈ, ਮਤਲਬ ਅਰਸ਼ ਨਾਲ ਹੀ ਤੁਹਾਡੀਆਂ ਪੋਸਟ ਹੁੰਦੀਆਂ ਜਾਂ ਕਰਕੇ ਜਾਂ ਗੱਲ ਕਰ ਲਈਏ, ਨਾ ਮੈਂ ਤੁਹਾਡੇ ਕੋਲ ਜ਼ਿਕਰ ਵੀ ਨਹੀਂ ਸੁਣਿਆ ਵੀ ਯਾਰ ਮੇਰੀ ਦੋਸਤ ਆਹ ਜਾਂ ਉਹ ਹੈਗੀ ਆ, ਹੁਣ ਮੇਰੀ ਕਿਸੇ ਨਾਲ ਵੀ ਕਨਵਰਸੇਸ਼ਨ ਹੋਊਗੀ, ਹਰ ਦੁਨੀਆ ਦੇ ਹਰ ਬੰਦੇ ਨੂੰ ਪਤਾ, ਜਿਹਨੂੰ ਵੀ ਜਾਣਦੇ ਹੋਏ ਗਗਨ ਅਤੇ ਕੱਕੂ ਨਾਲ ਦੋ ਦੋਸਤ ਹੈਗੇ ਆ, ਉਹ ਸਾਰੀ ਦੁਨੀਆ ਨੂੰ ਪਤਾ ਆ। ਇੱਦਾਂ ਮੈਂ ਤੁਹਾਡੀ ਕਦੇ ਕਨਵਰਸੇਸ਼ਨ 'ਚ ਕਦੇ ਗੱਲ ਨਹੀਂ ਆਈ ਵੀ ਹਾਂ ਯਾਰ ਮੇਰੇ ਉਹ ਦੋਸਤ ਦਾ ਫੋਨ ਆਇਆ ਜਾਂ ਇੱਦਾਂ ਹੋਇਆ, ਯਾਰੀ ਦਾ ਮਤਲਬ ਜਿਹਨੂੰ ਕਹਿੰਦੇ ਵੀ ਹੈ ਨਹੀਂ ਕੋਈ ਤੁਹਾਡੀ, ਨਹੀਂ ਨਹੀਂ ਹੈਗੀ ਕੀ ਗੱਲ ਕਰਦੇ ਮੇਰੇ, ਬਟ ਇਹ ਹੈਗੀ ਕਿ ਉਹ ਪਰਟੀਕੁਲਰ ਇੱਕ ਥਾਂ 'ਤੇ ਨਹੀਂ ਹੈ, ਮਤਲਬ ਮੈਂ ਇੱਕ ਹੀ ਗਰੁੱਪ ਸਰਕਲ 'ਚ ਉਹ ਦੋਸਤ ਨਹੀਂ ਬਣਾਇਆ ਮੇਰੇ, ਬਹੁਤ ਤੁਸੀਂ ਇਹ ਲਾ ਲਓ ਸਕੂਲ ਟਾਈਮ ਦੇ ਮੇਰੇ ਡਿਫਰੈਂਟ ਨੇ ਜਿਹੜੇ, ਜਿਨ੍ਹਾਂ ਨਾਲ ਮੇਰਾ ਬਹੁਤ ਦਿਲੋਂ ਇੱਕ ਉਹ ਹੈ ਰਿਸ਼ਤਾ, ਕਾਲਜ ਟਾਈਮ ਦੇ, ਦੈਨ ਆਪਣੇ ਵਰਕ ਫੀਲਡ 'ਚ ਨਹੀਂ ਯਾਰ ਉਹ ਦੋਸਤ ਨਹੀਂ, ਮਤਲਬ ਦੋਸਤ ਦੀ ਡੈਫੀਨੇਸ਼ਨ ਅਲੱਗ ਆ, ਮਤਲਬ ਮੈਂ ਸਮਝ ਗਿਆ ਵੀ ਤੁਸੀਂ ਕਿਹੜੇ ਪਰਸਨ ਕਾਊਂਟ ਕਰਦੇ ਆ, ਤੁਸੀਂ ਮੈਂ ਦਿਮਾਗ ਨੂੰ ਵੀ ਇਸ ਟਾਈਮ ਇਹਨੇ ਹੁਣ ਕੀ ਮੂੰਹ ਬੋਲਣਾ, ਕੀ ਬੋਲਣਾ, ਮੈਂ ਉਹੀ ਕਹਿ ਰਹੀ ਹਾਂ ਜਿਨ੍ਹਾਂ ਦੀ ਮੈਂ ਗੱਲ ਕਰਦੀ ਪਈ ਆ, ਦੇ ਆਰ ਲਾਈਕ ਦੈਟ, ਮੈਨੂੰ ਹੀ ਪਤਾ ਵੀ ਇਹਦੇ ਦਿਮਾਗ 'ਚ ਇਸ ਟਾਈਮ ਕੀ ਚੱਲਦਾ ਵੀ ਅਸੀਂ ਕਿਉਂ ਹੱਸ ਰਹੇ ਹਾਂ, ਵੀ ਏਦਾਂ ਹੁੰਦਾ ਮੋਸਟਲੀ ਆਪਾਂ ਤਿੰਨੇ ਬੈਠੇ ਆ, ਚਾਰ ਪੰਜ ਬੰਦੇ ਬੈਠੇ ਆ ਜਾਂ ਛੇ ਵੱਧ ਵੀ ਬੈਠੇ ਆ, ਕੋਈ ਗੱਲ ਹੋਈ ਅਸੀਂ ਤਿੰਨੇ ਹੱਸੇ ਆ, ਉਹ ਸਾਨੂੰ ਤਿੰਨਾਂ ਨੀ ਪਤਾ ਵੀ ਅਸੀਂ ਕਿਉਂ ਹੱਸੇ ਆ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਉਹ ਹੈਗਾ ਮੇਰਾ ਉਹਨਾਂ ਸਾਰਿਆਂ ਦੇ ਨਾਲ ਜੀ, ਸਾਰਿਆਂ ਦੇ ਨਾਲ ਹੈਗਾ, ਜ਼ਰੂਰੀ ਆ, ਮਤਲਬ ਇੱਦਾਂ ਦੇ ਬੰਦੇ ਮਤਲਬ ਤੁਹਾਡੀ ਜ਼ਿੰਦਗੀ 'ਚ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਆ। ਉਹ ਕਹਿੰਦੇ ਨਾ ਵੀ ਕਹਿੰਦੇ ਮੁਹੱਬਤ ਕੇ ਇਲਾਵਾ ਕੁਛ ਦੋਸਤ ਵੀ ਬਣਾ ਲੈਣੇ ਚਾਹੀਏ, ਕਿਉਂਕਿ ਰਾਤ ਕੋ ਸਾਥ ਦੇਣੇ ਦੋਸਤ ਹੀ ਆਤੇ ਹੈਂ, ਰਾਤ ਕੋ ਸਾਥ ਦੇਣੇ ਦੋਸਤ ਹੀ ਆਤੇ ਹੈਂ, ਸਹੀ ਗੱਲ ਹੈ, ਮਤਲਬ ਇਸ ਦੇ ਸਟੇਸ਼ਨ ਇਹ ਜੈਨੂਇਨ ਹੈਗੀ, ਇਹ ਗੱਲ ਸੱਚੀ ਆ, ਇਹ ਚੀਜ਼ ਹੈਗੀ, ਐਂਡ ਆਮ ਸੋ ਗਲੈਡ ਐਂਡ ਥੈਂਕਫੁਲ ਕਿ ਮੇਰੇ ਇਦਾਂ ਦੇ ਦੋਸਤ, ਬਟ ਇਦਾਂ ਇਦਾਂ ਹੋ ਜਾਂਦਾ ਮੋਸਟਲੀ ਨਾ, ਆਪਾਂ ਗਲਤੀ ਕਰ ਦਿੰਦੇ ਹਾਂ ਇਹ, ਆਪਾਂ ਹੀ ਕਰਦੇ ਹਾਂ, ਹੋਰ ਤਾਂ ਕੌਣ ਕਰਦਾ, ਆਪਾਂ ਆਪਣੀ ਨੋਰਮਲ ਗੱਲਾਂ ਕਰਦੇ ਪਏ, ਜਦੋਂ ਆਪਾਂ ਨਾ ਰਿਲੇਸ਼ਨਸ਼ਿਪ 'ਚ ਆ ਜਾਂਦੇ ਹਾਂ ਕਿਤੇ ਮੋਸਟਲੀ, ਜਦੋਂ ਤੁਸੀਂ ਨਹੀਂ ਕੀਤੀ ਇਹ ਚੀਜ਼ ਅੱਛੀ ਚੀਜ਼ ਆ, ਉਦੋਂ ਆਪਾਂ ਦੋਸਤਾਂ ਦੀ ਵੈਲਿਊ ਘਟਾ ਦਿੰਦੇ ਹਾਂ, ਆਪਾਂ ਸਾਰੇ ਹੀ ਮਤਲਬ ਸਾਰੀ ਐਨਰਜੀ ਉੱਧਰ ਹੀ ਲਾ ਦਿੰਦੇ ਹਾਂ ਵੀ ਹਾਂ ਇਹੀ ਆ ਜੋ ਹੈਗਾ ਇਹ ਹੈਗਾ, ਬਟ ਇਹ ਭੁੱਲ ਜਾਂਦੇ ਵੀ 15-20 ਸਾਲ ਤੋਂ ਜਿਹੜੇ ਬਦਤਮੀਜ਼ ਸਾਡੇ ਨਾਲ ਚੱਲਦੇ ਪਏ ਆ, ਵੀ ਯਾਰ ਉਹਨਾਂ ਦੀ ਬੇਕਦਰੀ ਨਹੀਂ ਬਣਦੀ। ਯੇ ਜੋ ਬਾਤ ਬੋਲ ਰਹੀ ਯੰਗ, ਯੇ ਟੀਨੇਜ ਟਾਈਮ ਪਰ ਹੋਤੀ ਥੀ ਚੀਜ਼ ਕਿ ਸਭ ਕੁਛ ਯਹੀ ਹੈ, ਉਹ ਵਾਲਾ ਸੀਨ ਹੋਤਾ ਥਾ, ਬਟ ਅਭੀ ਜੋ ਹਮਾਰੀ ਏਜ ਵੀ ਜੋ ਸ਼ੁਰੂ ਹੋਈ ਹੈ ਹਮਾਰੀ, ਤੋ ਅਬ ਜਾ ਕੇ ਚੀਜ਼ੇ ਪਤਾ ਲੱਗੇ, ਇਟਸ ਜਸਟ ਅ ਪਾਰਟ, ਇਟ ਇਜ਼ ਨਾਟ ਯੋਰ ਲਾਈਫ, ਇਟਸ ਅ ਪਾਰਟ, ਯੂ ਨੀਡ ਟੂ ਬੈਲੈਂਸ, ਜਿਹੜੀ ਬੈਲੈਂਸ ਵਾਲੀ ਗੱਲ ਮੈਂ ਪਹਿਲਾਂ ਸਟਾਰਟਿੰਗ, ਇਹ ਮੈਂ ਪੰਜਾਬੀ ਦੱਸਦਾ ਵੀ ਕੁੜੀ ਕੀ ਕਹਿਣਾ ਚਾਹੁੰਦੀ ਆ, ਇਹਦੇ ਕਹਿਣ ਦਾ ਭਾਵ ਇਹ ਆ ਕਿ ਪਿਆਰ ਤੁਹਾਡੀ ਜ਼ਿੰਦਗੀ ਦਾ ਇੱਕ ਹਿੱਸਾ ਹੀ ਆ, ਸਾਰੀ ਜ਼ਿੰਦਗੀ ਨਹੀਂ ਆ, ਸਾਰਾ ਕੁਛ ਪਿਆਰ ਨੂੰ ਨਾ ਸਮਝੋ, ਪਿਆਰ ਕਰੋ ਜਿਹਦੇ ਨਾਲ ਵੀ ਕਰਨਾ, ਨੋ ਪ੍ਰੋਬਲਮ, ਬਟ ਇੱਕ ਇਹ ਪਾਰਟ ਆ ਲਾਈਫ ਦਾ, ਬੇਸਿਕਲੀ ਪਿਆਰ ਵਰਡ ਕਮਲ ਇੱਥੇ ਹੋ ਕਹਿ ਰਿਹਾ, ਬਟ ਹਾਂ ਰਿਲੇਸ਼ਨਸ਼ਿਪ ਕਹਿ ਸਕਦੇ ਆ, ਕਿਉਂਕਿ ਪਿਆਰ ਤਾਂ ਫਿਰ ਸਾਰਿਆਂ ਨਾਲ, ਹਾਂ ਸਾਰਿਆਂ ਨਾਲ ਵੀ, ਮਤਲਬ ਫਿਰ ਵੀ ਜੇ ਸਾਰਿਆਂ ਨਾਲ ਵੀ ਹੈ ਨਾ, ਉਹ ਵੀ ਇੱਕ ਪਾਰਟ ਹੀ ਆ, ਇਹ ਬਹੁਤ ਮਤਲਬ ਚੀਜ਼ਾਂ ਬੰਦੇ ਨੂੰ ਲੇਟ ਸਮਝ ਆਉਂਦੀਆਂ, ਥੋੜ੍ਹੀਆਂ ਬੰਦੇ ਨੂੰ ਪਹਿਲਾਂ ਆਉਣੀਆਂ ਚਾਹੀਦੀਆਂ ਸਮਝ, ਇਹ ਬੰਦਾ ਥੋੜ੍ਹਾ ਸਿਆਣਾ ਹੋ ਜਾਵੇ। ਇੱਕ ਨਾ ਜੈਸਮੀਨ, ਆਲਵੇਜ਼ ਇਹ ਗੱਲ ਆਪਾਂ ਸੁਸਾਇਟੀ ਦੇ ਵਿੱਚ ਦੇਖਣ ਨੂੰ ਮਿਲਦੀ ਆ ਵੀ ਜਦੋਂ ਆਪਾਂ ਕਰਦੇ ਹਾਂ ਇਹ ਆਹ ਫੀਲਡ ਥੋੜ੍ਹਾ ਜ਼ਿਆਦਾ ਬਦਨਾਮ ਆ, ਮਤਲਬ ਆਪਣੇ ਵਾਲਾ ਹੈਗੀਆਂ ਤਾਂ ਬਾਕੀਆਂ ਦੇ ਵਿੱਚ ਵੀ ਸ਼ਾਇਦ ਓਪਨਲੀ ਹੋ ਜਾਂਦਾ ਵੀ ਕਿ ਕੁੜੀਆਂ ਨੂੰ ਆਲਵੇਜ਼ ਬੰਦੇ ਗਲਤ ਨਿਗਾਹ ਨਾਲ ਹੀ ਦੇਖਦੇ ਆ ਜਾਂ ਗਲਤ ਅਪਰੋਚ ਹੀ ਕਰਦੇ ਆ, ਮਤਲਬ ਮੈਂ ਤੁਸੀਂ ਇੱਕ ਕੁੜੀ, ਵੈਸੇ ਮੈਂ ਤਾਂ ਇਸ ਚੀਜ਼ ਨਾਲ ਐਗਰੀ ਕਰਦਾ ਨਹੀਂ ਹੈਗਾ, ਬਟ ਮੈਂ ਕੁੜੀ ਦਾ ਇੱਕ ਪੁਆਇੰਟ ਆਫ ਵਿਊ ਜਾਣਨਾ ਚਾਹੁੰਦਾ ਹਾਂ ਵੀ ਕੁੜੀ ਕੀ ਸੋਚਦੀ ਹੈ ਇਸ ਚੀਜ਼ ਬਾਰੇ। ਯਾ ਯੂ ਨੀਡ ਟੂ ਟੈਕਲ ਆਲ ਦੀਸ ਥਿੰਗਸ, ਯੂ ਨੀਡ ਪੰਜਾਬ ਪੰਜਾਬੀ ਚ, ਮਤਲਬ ਤੁਹਾਨੂੰ, ਮਤਲਬ ਪਹਿਲਾਂ ਤਾਂ ਇਹ ਗੱਲ ਸਵਾਲ ਸਿੱਧਾ ਹੀ ਆ ਵੀ ਇਦਾਂ ਲੱਗਦਾ ਵੀ ਸਾਰੀ ਦੁਨੀਆ ਹੀ ਉਹਨਾਂ ਨੂੰ ਗਲਤ ਨਿਗਾਹ ਨਾਲ ਦੇਖਦੀ ਯਾਰ, ਨਹੀਂ ਮੈਂ ਨਹੀਂ ਮੰਨਦੀ ਇਹ ਚੀਜ਼, ਨਹੀਂ ਆ ਨਾ ਹੈਗਾ, ਇਹਨੂੰ ਇਹਨੂੰ ਸੋਲਿਡਲੀ ਕਹੋ ਤੁਸੀਂ, ਮੈਂ ਨਹੀਂ ਮੰਨਦੀ ਕਿ ਜੇ ਤੁਸੀਂ ਇਸ ਫੀਲਡ 'ਚ ਕੰਮ ਕਰ ਰਹੇ ਤਾਂ ਤੁਹਾਨੂੰ ਸਾਰੇ ਫਿਰ ਉਸ ਨਿਗਾਹ ਨਾਲ ਦੇਖਣਾ ਸ਼ੁਰੂ ਕਰ ਦਿੰਦੇ, ਇਹ ਚੀਜ਼ ਤੁਹਾਨੂੰ ਆਈ ਡੋਂਟ ਨੋ ਕਿਉਂ ਇੱਦਾਂ ਦੀ ਲੱਗਦੀ ਹੈ, ਬਟ ਮੈਂ ਆਪਣੀ ਪਰਸਨਲੀ ਜੇ ਗੱਲ ਕਰਾਂ ਤਾਂ ਪਰਸਨਲੀ ਮੈਨੂੰ ਇੰਝ ਕਦੇ ਫੀਲ ਨਹੀਂ ਹੋਇਆ, ਮੇ ਬੀ ਕਿਉਂਕਿ ਮੈਂ ਇੱਦਾਂ ਦਾ ਕੁਛ ਕਦੇ ਰਿਫਲੈਕਟ ਨਹੀਂ ਕੀਤਾ,
ਤੁਸੀਂ ਔਰਾ ਕਿੱਦਾਂ ਦਾ ਕ੍ਰੀਏਟ ਕਰਕੇ ਚੱਲ ਰਹੇ ਹੋ ਉਹ ਚੀਜ਼ ਵੀ ਬਹੁਤ ਮਾਇਨੇ ਰੱਖਦੀ ਹੈ ਕਿ ਕਿੱਦਾਂ ਦਾ ਤੁਹਾਡਾ ਥੋਟ ਪ੍ਰੋਸੈਸ ਹੈ ਕਿੱਦਾਂ ਦੀ ਤੁਹਾਡੀ ਵਾਣੀ ਚੱਲਦੀ ਪਈ ਹੈ ਕਿੱਦਾਂ ਦੇ ਤੁਹਾਡੇ ਐਕਸ਼ਨ ਚੱਲਦੇ ਪਏ ਤੁਸੀਂ ਜੇ ਉੱਦਾਂ ਦਾ ਕੋਈ ਜੈਸਚਰ ਨਹੀਂ ਦਿਓਗੇ ਜਾਂ ਫਿਰ ਤੁਸੀਂ ਉੱਦਾਂ ਦਾ ਕੁਛ ਰਿਫਲੈਕਟ ਹੀ ਨਹੀਂ ਕਰੋਗੇ ਆਈ ਡੋਂਟ ਥਿੰਕ ਸੋ ਕਿ ਤੁਹਾਨੂੰ ਅਗਲੇ ਵਾਲਾ ਕੋਈ ਨੋਰਮਲ ਬੰਦਾ ਵੀ ਤੁਹਾਨੂੰ ਇੱਦਾਂ ਕੁਛ ਕਹੂਗਾ ਉਹ ਠੀਕ ਹੈ ਇੱਕੇ ਦੁੱਕੇ ਹੋ ਸਕਦੇ ਹੈ ਬਟ ਸਾਰੇ ਨਹੀਂ ਹੋ ਸਕਦੇ ਸਾਰੇ ਨਹੀਂ ਹੋ ਸਕਦੇ ਨਾ ਸਾਰੇ ਨਹੀਂ ਹੋ ਸਕਦੇ ਆਈ ਡੋਂਟ ਫੀਲ ਲਾਈਕ ਐਂਡ ਟੋਟਲੀ ਡਿਸਐਗਰੀ ਨਹੀਂ ਮੈਂ ਤਾਂ ਬਟ ਮੇਰੀ ਪੁਆਇੰਟ ਨਾਲ ਤੁਸੀਂ ਐਗਰੀ ਤਾਂ ਕਰਦੇ ਹੋ ਨਾ ਵੀ ਲੋਕਾਂ ਦਾ ਮਾਈਂਡ ਸੈਟ ਇਹ ਆ ਹੁਣ ਕਿਤੇ ਵੀ ਆਪਾਂ ਨਾ ਕਿਸੇ ਰਿਲੇਟਿਵ ਨਾਲ ਗੱਲ ਕਰਾਂਗੇ ਰਿਲੇਟਿਵ ਨਾਲ ਮੈਂ ਵੈਸੇ ਗੱਲਾਂ ਕਰਦਾ ਨਹੀਂ ਹਾਂ ਕਿਤੇ ਜਾਣਾ ਪੈ ਐਵੇਂ ਘਰਦਿਆਂ ਨੂੰ ਗਾਲਾਂ ਗੁਲਾਂ ਕਹਿ ਕੇ ਤਿਲ ਦੀਏ ਉਹਨੂੰ ਕਹਿ ਦਈਏ ਵੀ ਵਿਆਹ ਤੁਹਾਡਾ ਬੱਚਾ ਟੈਲੈਂਟਡ ਆ ਸੀ ਅਗਰ ਉਹ ਨਾ ਨਾ ਕਹਿੰਦੇ ਅਗਲੇ ਲੋਕਾਂ ਨੂੰ ਅਸੀਂ ਨਹੀਂ ਕੰਜਰਖਾਨੇ 'ਚ ਪਾਉਣੇ ਲੋਕਾਂ ਦੀ ਆਹ ਸਟੇਟਮੈਂਟ ਹੁੰਦੀ ਆ ਵੀ ਅਸੀਂ ਨਹੀਂ ਕੰਜਰਖਾਨੇ 'ਚ ਪਾਉਣੇ ਹੈਗੇ ਮੈਂ ਉਹਨਾਂ ਨੂੰ ਫਿਰ ਪਹਿਲਾਂ ਕਹਿੰਦਾ ਨਹੀਂ ਹੈਗਾ ਬਟ ਮੈਂ ਇਹ ਸਮਝਾਉਣਾ ਚਾਹੁੰਦਾ ਵੀ ਬਰੋ ਇਟਸ ਨੋਟ ਆ ਕੰਜਰਖਾਨਾ ਸਾਡੀ ਰੋਜ਼ੀ ਰੋਟੀ ਆ ਸਾਡਾ ਸਾਡੇ ਲਈ ਰੱਬ ਤੋਂ ਵੀ ਪਹਿਲਾਂ ਸਾਡਾ ਕੰਮ ਆ ਮਤਲਬ ਅੱਜ ਦੇ ਟਾਈਮ 'ਚ ਵੀ ਲੋਕਾਂ ਫਿਲਮ ਦੇਖਣੀ ਸਾਰਿਆਂ ਨੇ ਆ ਮਤਲਬ ਹਰ ਇੱਕ ਬੰਦਾ ਚਾਹੁੰਦਾ ਜਦੋਂ ਨਾ ਦੇਖੋ ਵੀ ਕਿਸੇ ਦੀ ਕੁੜੀ ਦੀ ਰੀਲ ਆ ਉਹਨੂੰ ਤਾਂ ਅਸੀਂ ਜ਼ੂਮ ਕਰ ਕਰਕੇ ਹੋਲਡ ਕਰ ਕਰਕੇ ਦੇਖਦੇ ਹਾਂ ਹਾਂ ਆਪਣੀ ਕੁੜੀ ਦੀ ਨਹੀਂ ਦੇਖਣਾ ਚਾਹੁੰਦੇ ਇਹ 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 ਰੀਜ਼ਨ ਆ ਯਾਰ ਮੈਨੂੰ ਲੱਗਦਾ ਕਿ ਬੰਦਾ ਓਨਾ ਕਰ ਹੀ ਬੋਲਦਾ ਜਿੰਨਾ ਕਰ ਉਹ ਸੋਚ ਸਕਦਾ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਤੇ ਫਿਰ ਉੱਥੇ ਤੁਸੀਂ ਇੱਕ ਕੰਮ ਕਰ ਸਕਦੇ ਜਾਂ ਤਾਂ ਤੁਸੀਂ ਉਹਨਾਂ ਨੂੰ ਕਾਊਂਟਰ ਕਰ ਸਕਦੇ ਜਾਂ ਤਾਂ ਫਿਰ ਤੁਸੀਂ ਉਸ ਚੀਜ਼ ਨੂੰ ਛੇੜ ਹੀ ਨਹੀਂ ਸਕਦੇ ਕਾਊਂਟਰ ਵੈਸੇ ਮੈਂ ਹੁਣ ਜ਼ਿੰਦਗੀ 'ਚ ਸਿੱਖ ਰਿਹਾ ਵੀ ਕਾਊਂਟਰ ਨਾ ਕਰੋ ਹਾਂ ਉਹ ਜਿਹੜੀ ਸੈਕਿੰਡ ਆਪਸ਼ਨ ਹੈ ਉਹ ਬੈਸਟ ਆ ਕਾਊਂਟਰ ਨਾ ਕਰੋ ਅਗਲਾ ਵੀ ਤੂੰ ਖੁਸ਼ ਜਿੱਦਾਂ ਤੇਰੀ ਮਰਜ਼ੀ ਤੁਸੀਂ ਆ ਤਾਂ ਫਿਰ ਇੱਕ ਪਿਆਰਾ ਜਿਹਾ ਐਗਜ਼ਾਮਪਲ ਦੇ ਕੇ ਸਮਝਾ ਸਕਦੇ ਹੋ ਹੈ ਨਾ ਬਟ ਤੁਸੀਂ ਲੜ ਨਹੀਂ ਸਕਦੇ ਜੇ ਤੁਸੀਂ ਲੜੋਗੇ ਤਾਂ ਫਿਰ ਜ਼ਾਹਿਰ ਜਿਹੀ ਗੱਲ ਹੈ ਉਹਨਾਂ ਨੇ ਕਦੇ ਮੰਨਣੀ ਨਹੀਂ ਉਹ ਚੀਜ਼ ਮੰਨਣੀ ਉਹ ਚੀਜ਼ ਫਾਇਦਾ ਨਹੀਂ ਉਸ ਚੀਜ਼ ਨਾਲ ਜੈਸਮੀਨ ਇੰਨੀ ਸਿਆਣੀ ਵੈਸੇ ਪਹਿਲਾਂ ਸੀਗੀ ਜੈਸਮੀਨ ਪਹਿਲਾਂ ਤਾਂ ਸਿਆਣੀ ਸੀਗੀ ਕਿ ਪਹਿਲਾਂ ਉਹ ਬਦਤਮੀਜ਼ ਸੀ ਥੋੜ੍ਹੀ ਜੀ ਨਹੀਂ ਯਾਰ ਬਦਤਮੀਜ਼ ਵਾਲਾ ਕੋਈ ਸੀਨ ਇੱਦਾਂ ਦਾ ਬਦਤਮੀਜ਼ ਮਤਲਬ ਮੈਨੂੰ ਅੱਖਰ ਹੀ ਇਹ ਆਉਂਦਾ ਮੈਂ ਇੱਥੇ ਬਦਤਮੀਜ਼ ਅੱਖਰ ਨਹੀਂ ਕਹਿਣਾ ਚਾਹੁੰਦਾ ਮੈਂ ਤਾਂ ਕਹਿਣਾ ਚਾਹੁੰਦਾ ਵੀ ਮਤਲਬ ਵੀ ਝੱਲੀ ਵੀ ਨਹੀਂ ਕਹਿ ਸਕਦੇ ਆਪਾਂ ਮੇਰੇ ਅੱਖਰ ਇੱਕ ਵਾਰ ਘੱਟ ਆਉਂਦੇ ਆ ਥੋੜ੍ਹੀ ਵੋਕੈਬਲਰੀ ਮੈਂ ਕਿਤਾਬ ਪੜ੍ਹਦਾ ਕਾਹਨ ਸਿੰਘ ਨਾਭਾ ਜੀ ਦੀ ਨਾ ਫੇ ਗੱਲ ਬਣਨੀ ਆ ਮਤਲਬ ਨਹੀਂ ਇੱਕ ਹੀ ਹੁੰਦਾ ਇੱਕ ਬੰਦਾ ਨਾ ਬਚਪਨ ਤੋਂ ਜਦੋਂ ਤੁਸੀਂ ਪੈਦਾ ਹੁੰਦੇ ਆ ਉਦੋਂ ਹੀ ਤੁਸੀਂ ਸੰਸੀਅਰ ਹੁੰਦੇ ਆ ਰੱਬ ਲਈ ਹੈ ਨਾ ਸੰਸੀਅਰ ਹੁੰਦੇ ਆ ਇੱਕ ਹੁੰਦਾ ਜਦੋਂ ਤੁਸੀਂ ਵੱਡੇ ਹੁੰਦੇ ਜਾਂਦੇ ਹੁੰਦੇ ਜਾਂਦੇ ਹੁੰਦੇ ਜਾਂਦੇ ਟਾਈਮ ਦੇ ਨਾਲ ਸੰਸੀਅਰ ਹੁੰਦੇ ਜਾਂਦੇ ਤੁਸੀਂ ਕਿਹੜੀ ਕੈਟਾਗਰੀ ਜਾਂਦੇ ਹੋ ਓਕੇ ਮਤਲਬ ਜਿਹੜੇ ਟਾਈਮ ਟਾਈਮ ਦੇ ਨਾਲ ਸੰਸੀਅਰ ਹੁਣ ਦਲਜੀਤ ਬਾਈ ਦੀ ਇੰਟਰਵਿਊ ਸੀਗੀ ਉਹ ਕਹਿੰਦੇ ਵੀ 2020 ਤੋਂ ਪਹਿਲਾਂ ਮੈਂ ਜਿਹੜੀਆਂ ਮੈਂ ਗੱਲਾਂ ਕੀਤੀਆਂ ਉਹ ਮੈਂ ਨਹੀਂ ਕੀਤੀਆਂ ਛੱਡ ਦਿਓ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਉਹ ਕਹਿੰਦੇ ਮੈਂ ਨਹੀਂ ਕੀਤੀਆਂ ਛੱਡ ਦਿਓ ਅਤੇ 2020 ਵਾਲੀਆਂ ਜਿਹੜੀਆਂ ਗੱਲਾਂ ਉਹਨਾਂ ਦਾ ਸਾਰਾ ਜ਼ਿੰਮੇਵਾਰ ਮੈਂ ਇੱਦਾਂ ਕਿੱਦਾਂ ਜੀ ਵੀ 2020 ਤੋਂ ਪਹਿਲਾਂ ਤੁਸੀਂ ਮਤਲਬ ਕਹਿੰਦੇ ਮੈਨੂੰ ਸਮਝ ਨਹੀਂ ਸੀ ਹੁਣ 2020 ਦੇ ਵਿੱਚ ਉਹਨਾਂ ਦੀ ਉਮਰ ਸੀ 36 ਸਾਲ ਦੀ ਮਤਲਬ ਇੱਕ ਇਨਸਾਨ ਇਹ ਕਹਿ ਰਿਹਾ ਵੀ ਮੈਨੂੰ 36 ਸਾਲ ਦੀ ਉਮਰ 'ਚ ਵੀ ਪਤਾ ਨਹੀਂ ਸੀਗਾ ਵੀ ਜ਼ਿੰਦਗੀ ਕੀ ਆ ਵੀ ਹਾਂ 37ਵੇਂ ਸਾਲ ਤੋਂ ਮੈਨੂੰ ਪਤਾ ਗੱਲ ਕਰਦੇ ਪਏ ਸੀ ਨਾ ਕਿ ਕੌਨਸ਼ੀਅਸ ਮੈਂ ਵੈਸੇ ਇਹ ਟੌਪਿਕ ਇੰਨਾ ਡੀਪ ਤਾਂ ਨਹੀਂ ਲੈ ਕੇ ਜਾਊਂਗੀ ਨਹੀਂ ਲੈ ਕੇ ਜਾਓ ਤੁਸੀਂ ਵੀ ਆਰ ਹੇਅਰ ਟੂ ਲਿਸਨ ਪਹਿਲਾਂ ਮਤਲਬ ਇੰਨਾ ਆ ਠਕ ਠਕ ਕੌਣ ਕਰ ਰਿਹਾ ਪਲੀਜ਼ ਇਹ ਉੱਪਰ ਹੀ ਕਰ ਰਿਹਾ ਕਿ ਥੱਲੇ ਕਰ ਰਿਹਾ ਦੇਖਿਓ ਮਾੜੀ ਕੋਈ ਚੱਕਰ ਨਹੀਂ ਸਾਊਂਡ ਦਾਦਾ ਹਾਂ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਆਜੋ ਆਜੋ ਚਲੋ ਹਾਂਜੀ ਹਰ ਇੱਕ ਦੀ ਲਾਈਫ 'ਚ ਜਿਹੜੀ ਇਹ ਸਟੇਟ ਹੈ ਕੌਨਸ਼ੀਅਸ ਹੋਣ ਵਾਲੀ ਆ ਫਿਰ ਮੈਂ ਵੀ ਇਹ ਨਹੀਂ ਕਹੂੰਗੀ ਕਿ ਮੈਂ ਉਸ ਸਟੇਜ ਤੱਕ ਪਹੁੰਚ ਗਿਆ ਪਰ ਚੀਜ਼ਾਂ ਨੂੰ ਸਮਝਣ ਲੱਗ ਗਈਆਂ ਜਿਹੜੇ ਕਹਿੰਦੇ ਨੇ ਕਿ ਹਾਂ ਹੁਣ ਅਕਲ ਆ ਗਈ ਉਹ ਵਾਲੀ ਸਟੇਜ ਮੇਰੀ ਆਫਟਰ ਪਲੱਸ ਵਨ ਪਲੱਸ ਟੂ ਹੀ ਹੋਈ ਸੀ ਸ਼ੁਰੂ ਜੀ ਅਤੇ ਹਰੇਕ ਦਾ ਸਿਨੈਰੀਓ ਡਿਫਰੈਂਟ ਹੁੰਦਾ ਅਸੀਂ ਕਹਿੰਦੇ ਨਾ ਕਿ ਬਈ ਤੇਰੀ ਉਮਰ ਜ਼ਿਆਦਾ ਹੈ ਅਤੇ ਹਾਂ ਜ਼ਾਹਿਰ ਜਿਹੀ ਗੱਲ ਸਿਆਣੇ ਹੀ ਹੋਣਾ ਇੱਦਾਂ ਕੁਛ ਨਹੀਂ ਹੁੰਦਾ ਮਤਲਬ ਜੋ ਮੇਰੇ ਕੋਲ ਲੱਗਦਾ ਹੈ ਪਰਸਨਲੀ ਏਜ ਵਿਲ ਨੋਟ ਡਿਫਾਈਨ ਯੋਰ ਇੰਟੈਲੀਜੈਂਸ ਔਰ ਦ ਵੇ ਯੂ ਆਰ ਥਿੰਕਿੰਗ ਉਹ ਸਰਾਊਂਡਿੰਗ ਸਿਚੁਏਸ਼ਨਸ ਤਜ਼ਰਬਾ ਵਹੀ ਆਪਕਾ ਬਤਾ ਪਾਏਗਾ ਥੋਟ ਪ੍ਰੋਸੈਸ ਔਰ ਆਪ ਕਿਤਨਾ ਚੀਜ਼ੋ ਕੋ ਸਮਝਤੇ ਹੋ ਜੋ ਮੁਝੇ ਫੀਲ ਹੁਆ ਤੋ ਮੇ ਬੀ ਦਿਲਜੀਤ ਜੀ ਕੀ ਅਗਰ ਮੈਂ ਬਾਤ ਕਰੂੰ ਤੋ ਉਹਨਾਂ ਨੇ ਜੋ 2020 ਕੀ ਬਾਤ ਬੋਲੀ ਹੈ ਮੇ ਬੀ ਕਿਆ ਪਤਾ ਉਸਕੇ ਬਾਅਦ ਉਨਕੀ ਲਾਈਫ ਮੇ ਕੋਈ ਐਸਾ ਟਰਨਿੰਗ ਪੁਆਇੰਟ ਆਇਆ ਹੋ ਜਿਸਕੀ ਵਜ੍ਹਾ ਸੇ ਉਨਕੋ ਪਤਾ ਲਗਾ ਕਿ ਯਾਰ ਅੱਛਾ ਯੇ ਵੀ ਹੋਤਾ ਹੈ ਮੈਨੇ ਤੋ ਕਭੀ ਲਾਈਫ ਕੋ ਇਸ ਵੇ ਮੇ ਦੇਖਾ ਹੀ ਨਹੀਂ ਥਾ ਹਾਂ ਬਿਲਕੁਲ ਅੱਛਾ ਇਸਕੋ ਫੀਲ ਕਰਨਾ ਕਹਤੇ ਹੈ ਬਿਲਕੁਲ ਇਸਕੋ ਬੋਲਤੇ ਹੈ ਪਾਗਲਪਨ ਇਸਕੋ ਕਹਤੇ ਹੈ ਪਿਆਰ ਕਰਨਾ ਬਿਲਕੁਲ ਇਸਕੋ ਕਹਤੇ ਹੈ ਖੁਲ ਕੇ ਜੀਣਾ ਸਮਝ ਰਹੇ ਹੋ
जिन्ने भी साल दे 15, 20, 25, 30, 35, 40 भी जिंदगी दा मोरल ऑफ द स्टोरी ये है खुद को दूसरों में खोकर मैं को पाना बहुत बड़ा काम है, पर जीना इसी का नाम है। क्या बात है जैस्मिन, बिल्कुल सही गल है। जिंदगी इहदा ही नाम है, तो जिंदगी चलते रहने का भी दूजा नाम है, तो सानू लाइफ दे विच चलते रहना चाहिए है। कुछ भी हो जाए, मैं कल भी यह गल मैं सब तो वधिया गल लगती है, कहता जिंदगी कुछ भी हो जाए तो भी कुछ नहीं होंदा, इस करके चलते रहो जिंदगी च। तो आप भी मैंने लगता चलीए, बहुत टाइम हो गया अपन, खासा टाइम हो गया। तो थैंक यू सो मच। तो लोग वैसे जो पॉडकास्ट मेरे कर आते हैं ना, उन्होंने हूँ इदा लगता भी हास्से वाली गल्ला करेंगे, बहुत करेंगे, वह करेंगे, उधर माइंड सैट आ थोड़ा जहाँ मैंने मिलते हैं। बट मैं वेरी क्लीयर कर देता भी नो, थोड़ा बहुत तो चल हो जाऊगा भी पॉडकास्ट, मतलब मैं सीखने शुरू किया भी मैं लोगों की जिंदगी चो सीखा की करा, वो चीज़ इंप्लीमेंट करिए, होर भी लोग जो सू देखते हैं। 70,000 सबसक्राइबर हो गए साढ़े, यू नो, भी वह 70,000 जो 70 जने भी सुन के गल एक गल भी मतलब उन्होंने दिमाग च पैगी तो आई थिंक चल सकती है। तो थैंक यू सो मच। तो हूँ आप मिलते हैं, अज हूँ भी मिलेंगे, तो आप 19 तारीख में मिलते हैं, आप फिल्म का शूट स्टार्ट करिए। तो यार मोड़ तो प्रमोशन माड़ी जी कर दो, क्लिप पा लेंगे प्रमोशन करिए, कि सानू तरीक नहीं पता अभी, कुछ भी क्लियर आउट नहीं हुआ कि कब रिलीज होगा, उसका प्रोमो कब आएगा। तो इतना ही बोल सकते हैं, हमारी वेब सीरीज आ रही है यार मोड़ दो, जब भी आएगी प्लीज देखना और हमें ढेर सारा प्यार देना, बहुत ज्यादा इंटरेस्टिंग है और आप उसमें मुझे देख पाएंगे एज अ चाहते कि मैं बस एक तेरे चेहरे का हादसा बन जावा, कि मैं बस एक तेरे चेहरे का हादसा बन जावा, मैं रता परवाह नहीं, चाहे सारे जग का मैं तमाशा बन जावा। सारे प्यार।